ਕਾਕਾ ਕੈਨੇਡਾ ਚੱਕੜਾ ਗਰੁੱਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸ਼ੌਕ ਕਬੂਤਰਬਾਜ਼ੀ ਦਾ ਲੈ ਕੇ ਹਾਜ਼ਰ ਹੈ ਜੀ। ਸੋ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਬਹੁਤ ਹੀ ਮਹਾਨ ਸਟਾਰ ਖਿਡਾਰੀ ਨਾਲ, ਜਿਨ੍ਹਾਂ ਦਾ ਨਾਂ ਹੈ ਜੀ ਗੁਲਜ਼ਾਰ ਸਿੱਧਵਾਂ। ਸੋ ਆਓ ਉਹਨਾਂ ਨੂੰ ਮਿਲਾਉਂਦੇ ਹਾਂ ਜੀ ਤੁਹਾਨੂੰ ਬਾਈ ਜੀ ਗੁਲਜ਼ਾਰ ਸਿੱਧਵਾਂ ਨਾਲ। ਆਓ ਜੀ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਆ ਹਾਂ, ਕੀ ਹਾਲ ਆ ਮਿੰਦਰ? ਹਾਂ ਘਰੇ ਸੀਗਾ। ਠੀਕ ਆ ਠੀਕ ਆ, ਆ ਜਾਓ ਆ ਜਾਓ ਆ ਜਾਓ, ਜ਼ਰੂਰ ਮਿਲ ਕੇ ਜਾਇਓ। ਆ ਜਾਓ ਆ ਜਾਓ, ਬਾਈ ਗੁਲਜ਼ਾਰ ਦੇ ਘਰੇ ਜਾਣਾ ਸੀ, ਹੈ ਪਤਾ ਤੁਹਾਨੂੰ? ਹਾਂਜੀ ਹਾਂਜੀ ਬਾਈ, ਨਾਲ ਹੀ ਇੱਧਰ ਗਲੀ 'ਚ ਹੈ, ਲਾਗੀ। ਠੀਕ ਹੈ ਠੀਕ ਹੈ, ਇਹ ਛਤਰੀਆਂ ਦੇ। ਠੀਕ ਹੈ, ਭਿੰਦਰ ਆ ਰਿਹਾ ਚੱਕਰੇ ਵਾਲਾ ਆਪਣੇ ਕੋਲ, ਅਤੇ 10-15 ਮਿੰਟਾਂ ਤੱਕ ਪਹੁੰਚ ਜਾਂਦਾ। ਮਿਲਦੇ ਹਾਂ ਬਾਈ ਨੂੰ, ਮਿਲ ਕੇ ਜਾ ਦੂੰਗਾ, ਲੁਧਿਆਣੇ ਆਇਆ ਹੋਇਆ ਆ ਜਾਂਦਾ। ਹੈ ਬਾਈ ਜੀ, ਬਾਈ ਜੀ ਗੁਲਜ਼ਾਰ ਆ ਜਾਓ ਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹੈ ਤੁਹਾਨੂੰ? ਹੋਰ ਠੀਕ ਠਾਕ? ਵਧੀਆ ਜੀ ਵਧੀਆ, ਹੋਰ ਸੁਣਾਓ? ਵਧੀਆ। ਹੋਰ ਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਵਧੀਆ, ਹੋਰ ਠੀਕ ਹੈ ਜੀ, ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਜੀ, ਸਤਿ ਸ਼੍ਰੀ ਅਕਾਲ। ਵਧੀਆ ਜੀ ਵਧੀਆ, ਹੋਰ ਸੁਣਾਓ ਕੀ ਹਾਲ ਚਾਲ? ਆਓ ਜੀ ਇੱਕ ਵਾਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ, ਕਾਕਾ ਕੈਨੇਡਾ ਚੱਕੜਾ ਗਰੁੱਪ ਦੀ ਜਿਹੜੀ ਅੱਜ ਟੀਮ ਹੈ ਉਹ ਬਾਈ ਜੀ ਗੁਲਜ਼ਾਰ ਦੇ ਘਰ ਪਹੁੰਚੀ ਹੈ ਜੀ ਸਿੱਧਵਾਂ ਕਲਾਂ, ਅਤੇ ਬਹੁਤ ਖੁਸ਼ੀ ਹੋਈ ਬਾਈ ਜੀ ਨੂੰ ਮਿਲ ਕੇ, ਅਤੇ ਸੁਭਾਅ ਬਾਈ ਜੀ ਦਾ ਬਹੁਤ ਵਧੀਆ ਜੀ। ਹਾਂਜੀ, ਪਹਿਲਾਂ ਤੁਹਾਡਾ ਧੰਨਵਾਦ ਚੱਕੜਾ ਗਰੁੱਪ ਦਾ ਜੀ ਸਾਰਿਆਂ ਦਾ, ਜਿਹੜੇ ਤੁਸੀਂ ਜੀ ਮਿਲਣ ਆਏ ਜੀ, ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਆਇਆਂ ਨੂੰ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਬਸ ਨਵੀਂ ਤਾਜ਼ੀ ਅੱਜ ਆਏ ਸੀਗੇ ਜੀ ਅਸੀਂ ਲੁਧਿਆਣੇ, ਅਤੇ ਮੈਂ ਕਿਹਾ ਚਲੋ ਜੋ ਆਪਣਾ ਪ੍ਰੋਗਰਾਮ ਹੈ ਸ਼ੌਕ ਕਬੂਤਰਬਾਜ਼ੀ ਦਾ, ਐਤਵਾਰ ਜੋ ਆਪਣੇ ਹੇਅਰ ਰਿਕਾਰਡ ਯੂਟਿਊਬ TV ਚੈਨਲ 'ਤੇ ਆਉਂਦਾ ਜੀ, ਉਹਦੇ ਲਈ ਮੈਂ ਕਿਹਾ ਚਲੋ ਅੱਜ ਬਾਈ ਜੀ ਦੀ ਇੰਟਰਵਿਊ ਕਰਕੇ ਜਾਂਦੇ ਹਾਂ। ਸਭ ਤੋਂ ਪਹਿਲਾਂ ਤਾਂ ਜਾਣਾਂਗੇ ਵੀ ਤੁਹਾਨੂੰ ਕੀ ਸ਼ੌਕ ਸੀ, ਇੱਕ ਤਾਂ ਤੁਸੀਂ ਕਬੱਡੀ ਦੇ ਬੜੇ ਵਧੀਆ ਸਟਾਰ ਰਹੇ ਹੋ, ਦੂਜਾ ਤੁਹਾਡਾ ਇੱਕ ਕਬੂਤਰਬਾਜ਼ੀ ਦਾ ਜਿਹੜਾ ਇੱਕ ਲੁਧਿਆਣੇ ਦੇ ਤੁਸੀਂ ਬਹੁਤ ਵੱਡੇ ਥੰਮ ਹੋ, ਇੱਕ ਵੱਡਾ ਬੁਰਜ ਜਿਹਨੂੰ ਕਹਿ ਸਕਦੇ ਹੋ ਕਿ ਹਾਥੀ ਦੀ ਪੈੜ 'ਚ। ਬਾਈ ਵਿੱਕਰ ਨਾਲ ਗੱਲ ਕੀਤੀ ਸੀ ਕਿ ਅਸੀਂ ਬਾਈ ਨੂੰ ਮਿਲ ਜਾਣਾ, ਉਹ ਕਹਿੰਦਾ ਜੀ ਹਾਥੀ ਦੀ ਪੈੜ 'ਚ ਸਾਰੇ ਆ ਜਾਣਗੇ, ਕਿ ਬਾਈ ਗੁਲਜ਼ਾਰ ਦਾ ਐਡਾ ਵੱਡਾ ਨਾਮ ਹੈ, ਅਤੇ ਵਾਕਈ ਸਾਡੇ ਉੱਧਰ ਏਰੀਏ 'ਚ ਮਤਲਬ ਲੋਕ ਤਰਸਦੇ ਆ ਤੁਹਾਨੂੰ ਵੇਖਣ ਨੂੰ, ਅਤੇ ਮੈਂ ਤਾਂ ਅੱਜ ਪਹਿਲੀ ਵਾਰੀ ਮਿਲਿਆ ਤੁਹਾਨੂੰ। ਖੈਰ, ਉਹਨਾਂ ਬਾਰੇ ਦੱਸੋ, ਸਾਡੇ ਜਿੰਨੇ ਵੀ ਖਿਡਾਰੀ ਵੀਰ ਹੈ ਤੁਹਾਡੇ ਬੜੇ ਫੈਨ ਹੈ, ਪਾਕਿਸਤਾਨ, ਇੰਡੀਆ, ਹੋਰ ਵੀ ਜਿੰਨੇ ਬਾਹਰਲੀਆਂ ਕੰਟਰੀਆਂ ਬਹੁਤ ਵੱਡੇ ਫੈਨ ਹੈ ਜੀ ਤੁਹਾਡੇ, ਇੰਟਰਨੈਸ਼ਨਲ ਤੁਸੀਂ ਕਬੱਡੀ ਵੀ ਖੇਡੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਵੀ ਜਿਹੜਾ ਇਹ ਸ਼ੌਕ ਹੈ ਤੁਹਾਨੂੰ ਪੜ੍ਹਾਈ ਲਿਖਾਈ ਬਾਰੇ ਦੱਸੋ ਸਾਨੂੰ ਕੁਛ, ਕਿ ਪੜ੍ਹਾਈ ਲਿਖਾਈ ਤੁਹਾਡੀ ਕਿੰਨੀ ਕਿੱਥੇ ਕੀਤੀ ਹੈ, ਕਿਹੜੇ ਕਾਲਜ 'ਚ ਕੀਤੀ ਹੈ? ਪੜ੍ਹਾਈ ਲਿਖਾਈ ਤਾਂ ਇੰਨੇ ਆਪਾਂ ਕੀਤੀ ਨਹੀਂ ਜੀ, ਪੰਜਵੀਂ ਛੇਵੀਂ ਤੱਕ ਹੀ ਆਪਾਂ ਕੀਤੀ ਹੈ, ਪੰਜਵੀਂ ਛੇਵੀਂ ਤੱਕ। ਉਸ ਤੋਂ ਬਾਅਦ ਆਪਾਂ ਨੂੰ ਕਬੱਡੀ ਦਾ ਬੜਾ ਸ਼ੌਕ ਸੀ ਜੀ, ਜਿਹੜਾ ਕਬੱਡੀ ਦਾ ਤੁਹਾਨੂੰ ਸ਼ੌਕ ਪੈ ਗਿਆ ਸੀ, ਕਿੰਨੀ ਕੁ ਉਮਰ ਸੀ, ਕਿੱਥੋਂ ਪਿਆ ਕਬੱਡੀ ਦਾ ਸ਼ੌਕ ਹੈ ਜਿਹੜਾ? ਸਕੂਲਾਂ ਦੇ ਮੈਚ ਹੁੰਦੇ ਨੇ ਸਾਡੇ ਇੱਥੇ, ਪੰਜਵੀਂ ਕਲਾਸ ਤੋਂ ਚੱਲੇ ਸੀਗੇ ਜੀ ਬਲਾਕਾਂ ਦੇ, ਇੱਥੇ ਉਦੋਂ ਇੱਥੇ ਖੇਡਿਆ ਮੈਂ ਕਬੱਡੀ ਪਹਿਲਾਂ, ਉਸ ਤੋਂ ਬਾਅਦ ਫਿਰ ਸਕੂਲੋਂ ਹਟ ਕੇ ਜਦੋਂ ਪਿੰਡਾਂ ਦੇ ਮੈਚ ਮੁਚ ਹੋਣ ਲੱਗ ਗਏ, 38 ਕਿੱਲੋ, 45 ਕਿੱਲੋ, ਉੱਥੋਂ ਤੱਕ ਮੈਚ ਮੈਂ ਖੇਡੇ ਸਾਰੇ। ਮਤਲਬ ਜਿਹੜਾ ਕਬੱਡੀ ਪਲੇਅਰ ਤੁਹਾਨੂੰ ਬਹੁਤ ਵਧੀਆ ਗਿਣਿਆ ਗਿਆ, ਸ਼ਾਇਦ ਤੁਸੀਂ ਬਾਹਰ ਵੀ ਜਾ ਕੇ ਆਏ।
ਬਹੁਤ ਗਿਆ ਔਰ ਇੰਗਲੈਂਡ ਕੈਨੇਡਾ ਅਮਰੀਕਾ ਸਾਰੇ ਜਾਕੇ ਜਿੱਥੇ ਤੱਕ ਕਬੱਡੀ ਹੋਈ ਹੈ ਜਿਹੜਾ ਇਹ ਪਹਿਲਾ ਕਬੱਡੀ ਦਾ ਤੁਹਾਨੂੰ ਮਤਲਬ ਤੁਸੀਂ ਖੇਡੀ ਕਿੱਥੇ ਖੇਡੀ ਕਿਹੜੇ ਸਕੂਲ 'ਚ ਖੇਡੀ ਕਬੱਡੀ ਪਹਿਲੇ ਸਾਡੇ ਪਿੰਡ ਦੇ ਸਕੂਲ ਆ ਤੁਹਾਡੇ ਇਸੇ ਪਿੰਡ 'ਚ ਸਕੂਲ ਆ ਉੱਥੇ ਖੇਡੇ ਹਾਂਜੀ ਹਾਂਜੀ ਉਹ ਇੱਥੇ ਕਿੱਥੋਂ ਕਿਹੜੇ ਸਕੂਲਾਂ ਨੇ ਮੈਚ ਖੇਡੇ ਅਸੀਂ ਥੋੜ੍ਹੇ ਉਦੋਂ ਬਾਅਦ ਪਹਿਲੀ ਕਬੱਡੀ ਅਸੀਂ ਖੇਡੀ 38 ਕਿਲੋਮੀਟਰ ਦੀ ਮੈਂ ਖੇਡੀ ਤਲਵੰਡੀ ਗਏ ਤਲਵੰਡੀ ਮਤਲਬ ਆਪਦੇ ਪਿੰਡ ਤੋਂ ਬਾਹਰ ਜਿਹੜੀ ਟੀਮ ਹੈ ਤੁਹਾਡੀ ਤਲਵੰਡੀ ਗਈ ਪਹਿਲੀ ਵਾਰੀ ਹਾਂ ਪਹਿਲੀ 38 ਕਿਲੋ ਕਬੱਡੀ ਖੇਡੀ ਅਸੀਂ ਉੱਥੋਂ ਜਿੱਤ ਗਏ ਸੀਗੇ ਅਤੇ ਚਲੋ ਉਦੋਂ ਬਾਅਦ ਸਾਨੂੰ ਸ਼ੌਂਕ ਵਾਹਵਾ ਪੈ ਜਾਂਦੇ ਨੇੜੇ ਨੇੜੇ ਪਿੰਡ ਜਿੱਥੇ ਤੱਕ ਪਹੁੰਚ ਸੀਗੀ ਸਾਈਕਲਾਂ ਤੱਕ ਜਾਂਦੇ ਹੁੰਦੇ ਸੀਗੇ ਸਾਈਕਲਾਂ ਨਾਲ ਜਿੱਥੇ ਤੱਕ ਪਹੁੰਚ ਜਾਂਦੇ ਸੀ ਸਾਈਕਲ ਤੱਕ ਅਸੀਂ ਪਹੁੰਚ ਜਾਂਦੇ ਸੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਇਹ ਪਹਿਲਾ ਮੈਚ ਬਾਹਰ ਖੇਡਣ ਗਏ ਉਦੋਂ ਮੈਚ ਉਦੋਂ ਮੇਰੀ ਉਮਰ ਸੀਗੀ 22 ਸਾਲ ਦੀ ਹਾਂ ਚਲੋ ਬਹੁਤ ਵਧੀਆ ਜੀ ਜਿਹੜਾ ਕਬੱਡੀ ਖਿਡਾਰੀ ਵੀਰ ਹੈ ਨਸ਼ਿਆਂ ਤੋਂ ਦੂਰ ਹੈ ਅਤੇ ਅਗਲੀ ਗੱਲ ਕਰਦੇ ਹਾਂ ਜੀ ਤੁਹਾਡੇ ਸ਼ੌਕ ਜਿਹੜਾ ਤੁਸੀਂ ਕਬੂਤਰਬਾਜ਼ੀ ਦਾ ਸ਼ੌਕ ਪਿਆ ਤੁਹਾਨੂੰ ਉਹ ਫਿਰ ਕਿਵੇਂ ਪੈ ਗਿਆ ਕਬੱਡੀ ਦਾ ਕੁਛ ਅਲੱਗ ਚੀਜ਼ ਹੈ ਕਬੂਤਰਾਂ ਦੀ ਕੁਛ ਅਲੱਗ ਗੇਮ ਹੈ ਇਹ ਫਿਰ ਕਬੂਤਰਾਂ ਦਾ ਸ਼ੌਕ ਤੁਹਾਨੂੰ ਕਿਵੇਂ ਲੱਗਿਆ ਸ਼ੌਕ ਕਬੂਤਰਾਂ ਦਾ ਨਿੱਕੇ ਹੁੰਦਿਆਂ ਨਹੀਂ ਸੀਗਾ ਅਤੇ ਕਈ ਵਾਰ ਥੋੜ੍ਹੇ ਨੇ ਗੁੱਡੇ ਢਾਏ ਆ ਕਬੂਤਰ ਬਹੁਤ ਚੰਗੇ ਹੁੰਦੇ ਸੀ ਕੋਲੇ ਉਹਦੇ ਕੋਲ ਲਿਆਉਣੇ ਉਹਨੇ ਸਾਨੂੰ ਦੇ ਦੇਣੇ ਤੂੰ ਫਿਰ ਗੁੱਡੇ ਨੇ ਛਡਾ ਦੇਣੇ ਹਾਂ ਜਿਹੜੀ ਚੱਲੀ ਗਿਆ ਢਾ ਦਿੰਦਾ ਸੀਗਾ ਫਿਰ ਪਾ ਲੈਣੇ ਤੇ ਉਦੋਂ ਬਾਅਦ ਚੱਲ ਕਬੱਡੀ ਵੱਲ ਬਾਹਲਾ ਖਿਆਲ ਸੀਗਾ ਕਬੂਤਰ ਵੀ ਕਹਿੰਦਾ ਕੀ ਰੱਖਣੇ ਕਬੂਤਰ ਤਾਂ ਕਹਿੰਦੇ ਮਾੜੇ ਹੁੰਦੇ ਆ ਉਦੋਂ ਕਹਿ ਦਿੰਦੇ ਸੀਗੇ ਮਾੜੇ ਹੁੰਦੇ ਆ ਤਾਂ ਘੂੰ ਘੂੰ ਕਰਦੇ ਆ ਮੈਂ ਕੋਲੇ ਮੰਡਾ ਡਾਲ ਲੈਂਦਾ ਹੁੰਦਾ ਸੀ ਬੇਟਾ ਵੀ ਰਾਤ ਨੂੰ ਜਦੋਂ ਗੁੜਕਣਾ ਇਹਨਾਂ ਨੇ ਤੇ ਮੈਂ ਹੱਥ ਮਾਰੀ ਜਾਣਾ ਬੁੜੇ ਨੂੰ ਪਤਾ ਨਾ ਲੱਗ ਜਾਵੇ ਪਤਾ ਨਾ ਲੱਗ ਜੇ ਕਈ ਬਚਾਉਣੇ ਆਏ ਵਾ ਔਰ ਡਾਕੀ ਖੜਕਾਈ ਜਾਣੀ ਇੱਦਾਂ ਕਿਤੇ ਪਤਾ ਨਾ ਲੱਗ ਜੇ ਪਰ ਮੁੜ ਕੇ ਸਾਡੀ ਚੱਕੀ ਹੁੰਦੀ ਸੀਗੀ ਉਹਨੇ ਤੜਕੇ ਉੱਠ ਕੇ ਚਲੇ ਜਾਂਦਾ ਚੱਕੀ ਤੇ ਤੇ ਉਦੋਂ ਬਾਅਦ ਜਾਣ ਸੌਖੀ ਹੁੰਦੀ ਨਹੀਂ ਕਿਤੇ ਸਾਰਿਆਂ ਦੀ ਇਹੀ ਕਰਦੇ ਰਿਲੈਕਸ ਹੋ ਜਾਂਦੇ ਸੀ ਹਾਂ ਤੇ ਨਜ਼ਰ ਸੌਂਦਾ ਸੀਗਾ ਉਹਨੇ ਨਹੀਂ ਠਾਲਣਾ ਹੀ ਕੁੱਡਾ ਉੱਠ ਕੇ ਚੱਕ ਕੇ ਕਹੀ ਚੱਕ ਕੇ ਜਦ ਸੱਪਣਾ ਮਾਰ ਲੈ ਤੂੰ ਮਤਲਬ ਜਿਹੜੇ ਕੌਡੀ ਪਾਉਣ ਜਾਂਦੇ ਸੀ ਅਗਲੇ ਖਿਡਾਰੀਆਂ ਨੂੰ ਚਿੱਤ ਕਰ ਦਿੰਦੇ ਸੀ ਪਰ ਘਰੇ ਆ ਕੇ ਜਦੋਂ ਤੁਹਾਡੇ ਫਾਦਰ ਸਾਹਿਬ ਸੀ ਉਦੋਂ ਆਪ ਚਿੱਤ ਹੋ ਜਾਂਦੇ ਸੀ ਕੌਡੀ ਵੀ ਖੇਡਣ ਦੀ ਕੋਈ ਕੌਡੀ ਵੀ ਨਹੀਂ ਖੇਡਣ ਹੁੰਦਾ ਸੀ ਉਹ ਜੀ ਕੌਡੀ ਵੀ ਕਹਿੰਦਾ ਕੌਡੀ ਵੀ ਨਹੀਂ ਖੇਡਣ ਦਾ ਜੂ ਰਹਿ ਜਾ ਕਰੀ ਬੈਠ ਦੇ ਕੱਟ ਪਰੇ ਜੀ ਬਸ ਆਏ ਹੁੰਦਾ ਇੱਕ ਜਿੱਦਾਂ ਹੀ ਪਹਿਲਾਂ ਨਾ ਭਾਂਡੇ ਲੈ ਗਏ ਕਬੱਡੀ ਦੇ ਵਿੱਚ ਜੀ ਬੋਰੀ ਭਾਂਡਿਆਂ ਦੀ ਸੀਗੀ ਮੇਰੇ ਕੋਲ ਜੀ ਮੈਂ ਇਕੱਲਾ ਹੀ ਖੇਡਿਆ ਸੀਗਾ 38 ਕਿਲੋ ਜੀ ਇਕੱਲਾ ਹੀ ਜਿੱਤਿਆ ਸੀਗਾ ਉਦੋਂ 7-8 ਪਲੇਅਰਾਂ ਦਾ ਨਾਮ ਮਿਲਦਾ ਹੁੰਦੇ ਭਾਂਡੇ ਮਿਲਦੇ ਹੁੰਦੇ ਹਾਂਜੀ ਰਾਹ ਜੋ ਤੜਕੇ ਥਰੇਂ ਦਿਨ ਛਵੇ ਬੁੜਾ ਡੰਡਾ ਲਈ ਬੈਠਾ ਹੀ ਭਾਂਡੇ ਰੁੱਟਦੇ ਫਿਰਦੇ ਰਾਤ ਬਾਅਦ ਠੀਕ ਹੈ ਜੀ ਮਤਲਬ ਤੁਹਾਨੂੰ ਜਿਹੜਾ ਨਾਮ ਸੀਗਾ ਉਹ ਮਿਲ ਗਿਆ ਨਾਮ ਤਾਂ ਨਹੀਂ ਉਦੋਂ ਹੈ ਨਹੀਂ ਸੋ ਤੋਂ ਕਬੱਡੀ ਆਉਂ ਕਦੇ ਲੱਲਾ ਟੁੱਟ ਜੂ ਤੇਰੀ ਫਲਾਨਾ ਹੋ ਜੂ ਫਿਰ ਕਬੱਡੀ ਦਾ ਕਰੇਜ਼ ਉਦੋਂ ਜ਼ਿਆਦਾ ਜਦੋਂ ਅਸੀਂ 62 ਕਿਲੋ ਖੇਡਿਆ ਫਿਰ ਉਦੋਂ ਥੋੜ੍ਹਾ ਕਰੇਜ਼ ਹੋ ਗਿਆ ਕਰੇਜ਼ ਹਾਂ ਪਹਿਲਾਂ ਕੋਈ ਇੰਨਾ ਹੈ ਨਹੀਂ ਸੀਗਾ ਫਿਰ ਹੌਲੀ ਹੌਲੀ ਚੱਲ ਕੇ ਪਤਾ ਲੱਗਣ ਲੱਗ ਗਿਆ ਬਾਹਰ ਫਿਰ ਆਪਣੇ ਆਪ 'ਚ ਹੋ ਗਏ ਫਿਰ ਤੁਹਾਨੂੰ ਪਤਾ ਥੋੜ੍ਹੇ ਆਪਣੇ ਅੱਜ ਜੇ ਬੰਦਾ ਫਿਰ ਮਾਂ ਪਿਓ ਦੇ ਕਿੱਥੇ ਡਰਦਾ ਫਿਰ ਕਹਿੰਦਾ ਨਹੀਂ ਤੁਸੀਂ ਤੁਹਾਡੇ ਜਿਹੜੇ ਮਦਰ ਸੀ ਹਾਂਜੀ ਮਦਰ ਸੀ ਉਹ ਵੀ ਲੜਦੇ ਸੀ ਨਹੀਂ ਉਹ ਨਹੀਂ ਲੜਦੇ ਉਹ ਨਹੀਂ ਉਹ ਤਾਂ ਕਹਿੰਦੇ ਖੇਡ ਉਹਨਾਂ ਦੇ ਸਿਰ ਦੀ ਆਪਾਂ ਪਹਿਲਾਂ ਖੇਡੇ ਜਿਹੜੇ ਤੁਸੀਂ ਕਬੂਤਰ ਰੱਖੇ ਸੀ ਉਹਨਾਂ ਤੋਂ ਵੀ ਲੜਦੇ ਸੀ ਮਦਰ ਜਾਂ ਸਪੋਰਟ ਕਰ ਦਿੰਦੇ ਸੀ ਤੁਹਾਡੀ ਉਹ ਤਾਂ ਸਪੋਰਟ ਉਹਨਾਂ ਨੇ ਕੁਛ ਨਹੀਂ ਕਹਿਣਾ ਬਸ ਤਾਂ ਕਹਿੰਦਾ ਰੱਖ ਲੈ ਸਪੋਰਟ ਕਰ ਦਿੰਦੇ ਵੀ ਤੇਰੇ ਬਾਈ ਨੂੰ ਨਾ ਪਤਾ ਲੱਗ ਜੇ ਬਾਈ ਨੂੰ ਨਾ ਬਾਈ ਤੁਸੀਂ ਮਤਲਬ ਉਹਦੇ ਫਾਦਰ ਨੂੰ ਬਾਈ ਕਹਿੰਦੇ ਸੀ ਬਾਈ ਕਹਿੰਦੇ ਸੀ ਠੀਕ ਹੈ ਉਹ ਤਾਂ ਜਿਹੜਾ ਕਬੂਤਰਬਾਜ਼ੀ ਦਾ ਸ਼ੌਕ ਹੈ ਤੁਹਾਨੂੰ ਹਾਂਜੀ ਫਾਦਰ ਤੁਹਾਡੇ ਚੱਕੀ 'ਤੇ ਚਲੇ ਜਾਂਦੇ ਸੀ ਪ੍ਰੋਪਰ ਫਿਰ ਖੁੱਡੇ ਪਾ ਕੇ ਕਦੋਂ ਤੁਸੀਂ ਰੱਖ ਲਏ ਫਿਰ ਤਾਂ ਉਦੋਂ ਬਾਅਦ ਮੈਂ ਰੱਖੇ ਇਹ 92-93 ਦੇ ਵਿੱਚ 92-93 ਦੇ ਚਲੋ ਫਿਰ ਉਦਾਂ ਕਬੂਤਰਾਂ ਦਾ ਵਿੱਚ ਸ਼ੌਂਕ ਹੁੰਦਾ ਸੀ ਉਦੋਂ ਬਾਜੀਆਂ ਵੀ ਨੇ ਆਉਂਦੀਆਂ ਸੀਗੀਆਂ ਉਦੋਂ ਚੱਲੀ ਜਾਂਦੇ ਸੀਗੇ ਤੇ ਉਦੋਂ ਫਿਰ ਤੁਸੀਂ ਵੈਸੇ ਹੀ ਸ਼ੌਂਕ ਨੂੰ ਘਰੇ ਰੱਖੇ ਸੀ ਹਾਂ ਸ਼ੌਂਕ ਨੇ ਬਾਜੀਆਂ ਛੱਡ ਲੈਂਦੇ ਸੀ ਬਾਜੀਆਂ ਛੱਡ ਇੱਕ ਦੋ ਛੱਡ ਲੈਂਦੇ ਸੀਗੇ ਕਿਹਦੇ ਤੋਂ ਲੈ ਕੇ ਆਏ ਸੀ ਤੁਸੀਂ ਉਹ ਜਿਹੜੇ ਕਬੂਤਰ ਹੈ ਕਿਹੜੀ ਨਸਲ ਸੀ ਉਦੋਂ ਤੁਹਾਡੇ ਕਬੂਤਰ ਨਸਲ ਤੋਂ ਪਿੰਡਾਂ ਦੇ ਵਿੱਚ ਨਾ ਇੱਥੇ ਦਾ ਇੱਕ ਸਰਪੂਨ ਦਾ ਮਲਕ ਦਾ ਉਹ ਤੋਂ ਵੀ ਲੈਂਦੇ ਸੀਗੇ ਅਸੀਂ ਜੀ ਅਤੇ ਇੱਥੇ ਇੱਕ ਬਰਸਾਨਾ ਦਾ ਜੇਠੂ ਆ ਉਹਦੇ ਖੇਤਾਂ 'ਚ ਰੱਖੇ ਆ ਕਬੂਤਰ
ਉਦੋਂ ਵੀ ਪਹਿਲਾਂ ਪਹਿਲਾਂ ਲੈ ਕੇ ਆਉਂਦੇ ਰਹੇ ਕਦੇ, ਉਦੋਂ ਫਿਰ ਤੈਨੂੰ ਪਹਿਲਾਂ ਮਰ ਮੁਰ ਜਾਂਦੇ ਸੀ, ਵਿੱਚ ਹੀ ਚੱਲ ਚੁੱਲ ਜਾਂਦੇ ਸੀਗੇ। ਅਤੇ ਉਦੋਂ ਮੈਂ ਕਬੂਤਰ ਦਾਨ ਜਿਹੜੇ ਇਹ ਕਬੂਤਰ ਬਣੇ, ਫਿਰ ਇਹਦਾ ਕਬੂਤਰ ਕੁਛ ਮੁੱਲ ਲਏ ਆਪਾਂ, ਵਿੱਚ ਕਿਸੇ ਤੋਂ 2000 ਦਾ ਲੈਂਦਾ ਕੋਈ, 5000 ਦਾ ਲੈ ਕੇ 3-4 ਕਬੂਤਰਾਂ ਤੋਂ ਫਿਰ ਸਾਰੇ ਵਧਾਏ ਕਬੂਤਰ ਵਧੇ ਆਪਣੇ ਕੋਲ ਲੈ ਗਏ। ਜਿਹੜੀ ਪਹਿਲੀ ਬਾਜੀ ਆ ਤੁਸੀਂ ਕਿੱਥੇ ਛੱਡੀ, ਉਦੋਂ ਤੁਹਾਡਾ ਮਤਲਬ ਕਿੰਨੀ ਕੁ ਤੁਹਾਡੀ ਉਮਰ ਸੀ? ਅਸੀਂ ਬਾਜੀ ਛੱਡੀ ਪਹਿਲਾਂ ਜੀ ਇੱਥੇ ਆਹ ਪਿੰਡਾਂ ਤੋਂ ਗਾਲਬ ਹੁੰਦੇ ਸੀ, ਮੇਰੇ ਨਾਨਕੇ ਆ ਗਾਲਬ, ਤੁਹਾਡੇ ਨਾਨਕੇ ਪਹਿਲੀ ਬਾਜੀ? ਹਾਂ, ਪਹਿਲੀ ਬਾਜੀ ਛੱਡੀ ਸੀ। ਅਤੇ ਉਹ ਕਬੂਤਰ ਸਾਡੇ ਕੋਲ ਉਦੋਂ ਮੇਰੇ 2-3 ਕਬੂਤਰ ਬਣੇ ਜੀ, ਬੱਚਾ ਆਇਆ ਸੀਗਾ ਕਲੀਆਂ ਤੋਂ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਿਵੇਂ ਛੱਡਣਾ ਛੱਡਾ ਛੁਡਾਉਣਾ, ਵੀ ਉੱਦਾਂ ਨਾਨਕੇ ਕਰਕੇ ਚਲੇ ਗਏ ਸੀ, ਘਰ ਵਧੀਆ ਉੱਡਦਾ ਸੀ ਬੱਚਾ। ਅਤੇ ਉਦੋਂ 25 ਕਬੂਤਰ 30 ਕਬੂਤਰ ਹੋਏ ਉੱਥੇ, 200 'ਚ, 200 ਹਾਂ। ਚਲੋ ਉਦੋਂ ਇੱਕ ਉੱਥੋਂ ਦਾ ਕਬੱਡੀ ਗੱਲ ਦਾ ਪਾੜਾ ਹੁੰਦਾ ਸੀਗਾ, ਅਤੇ ਇੱਕ ਬਹਿਣੀ ਵਾਲ ਦਾ ਇਹਦਾ ਰਾਜਾ ਹੁੰਦਾ ਸੀ ਉਦੋਂ, ਉਹਨਾਂ ਦੇ 2-3 ਕਬੂਤਰ ਰਹੇ, ਸਾਡਾ ਕਬੂਤਰ ਨੀਵਾਂ ਕਰਦਾ ਸੀ, ਉਹਨਾਂ ਦੇ ਦੋਨੇ ਉੱਚੇ ਸੀ। ਸਾਨੂੰ ਉੱਥੋਂ ਦਾ ਮੁੰਡਾ ਕਾਕਾ ਆ ਗਿਆ ਸਾਡਾ ਗਾਲ ਵਾਲਾ, ਅਤੇ ਉਹ ਮੈਨੂੰ ਕਹਿੰਦਾ ਚੱਲ ਸਾਂਝੀ ਕਰਾ ਦੇਣਾ, ਸਾਨੂੰ ਸਾਂਝੀ ਹੁੰਦੀ ਬਾਰੇ ਵੀ ਨਹੀਂ ਪਤਾ ਹੁੰਦਾ ਸੀਗਾ, ਅਸੀਂ ਕਿਹਾ ਚਲੋ। ਉਹਨਾਂ ਨੇ ਭਾਈ ਜਵਾਬ ਦਿੱਤਾ ਸਾਂਝੀ ਨੂੰ, ਸਾਨੂੰ ਪਹਿਲੇ ਦਿਨ ਚੱਲ ਪਹਿਲੀ ਬਾਈ ਛੱਡੀ ਆ, ਉਹ ਕਿਹਾ ਚੱਲ ਠੀਕ ਆ, ਜਿੱਤ ਕੇ ਹਰ ਗਏ ਹੁਣ ਚੱਲਣ ਦੋ, ਵੀ ਸਾਂਝੀ ਹੁੰਦੀ ਤੋਂ ਕੀ ਲੈਣਾ। ਉਹਨਾਂ ਨੇ ਉੱਤੋਂ ਆ ਕੇ ਬਹਿ ਗਏ, ਇਸੇ ਕਰਕੇ ਬਾਈ ਜੀ ਨੇ ਜਿਹੜੀ ਪਹਿਲੀ ਬਾਜੀ ਆ ਉਹ ਖਿਡਾਰੀਆਂ ਦੇ ਜਿਹੜੇ ਕਬੂਤਰ ਥੱਲੇ ਸਿੱਟਤੇ ਸੀਗੇ। ਤੇ ਉਦੋਂ ਬਾਅਦ ਚੱਲ ਵਿੱਚ ਹਰੀ ਵੀ ਗਏ ਆ, ਵੀ ਇਹ ਨੀ ਹੋ ਵੀ ਸਾਰਿਆਂ ਦੇ ਛੱਡਦਾ ਹੀ, ਮੈਂ 5-4 ਕੀ ਬਾਜੀਆਂ, ਫਿਰ ਮੈਂ ਬਾਹਰ ਜਾਣ ਲੱਗਾ ਕਬੱਡੀ ਬੇਸ 'ਤੇ, ਫਿਰ ਮੈਂ ਵਿਸਾਖ ਜਿਹੜੀਆਂ ਹੋਣੀਆਂ ਉਹ ਛੱਡ ਲੈਣੀਆਂ, ਵੀ 5-4 ਛੱਡ ਲੈਣੀਆਂ, ਛੱਡ ਕੇ ਚੱਲ ਹਰ ਕੇ ਕਿਤੇ ਇੱਕ ਦੀ ਜਿੱਤ ਕੇ ਇਹੋ ਜਿਹਾ ਕੋਈ ਚੱਲੀ ਗਿਆ ਵਾਹਵਾ ਚੱਲਦਾ। ਅਤੇ ਉਦੋਂ ਬਾਅਦ ਫਿਰ ਅਸੀਂ ਛੱਡੀਆਂ, ਦੂਜੇ ਤੀਜੇ ਸਾਲ ਛੱਡੀ ਕਬੂਤਰ ਇੱਥੇ, ਆਹ ਬਰਸਾਲਾ ਪਿੰਡ ਬਾਜੀ ਬਹੁਤ ਵਧੀਆ ਹੁੰਦੀ ਆ ਜੀ, ਇੱਥੇ ਛੱਡੀ, ਇੱਥੇ ਕਬੂਤਰ ਰਹਿ ਗਏ ਸਾਡਾ ਛੱਡਾ, ਫਿਰ ਬੱਚਾ ਹੀ ਛੱਡਿਆ ਸੀਗਾ ਜੀ, ਇੱਥੇ ਕਬੂਤਰ ਰਹਿ ਗਿਆ ਇੱਕ ਟੀਟੂ ਦਾ, ਅਤੇ ਇੱਕ ਰਹਿ ਗਿਆ ਸ਼ਾਇਦ ਮੁੱਲਾ ਵਾਲੇ ਡਾਕਟਰ ਦਾ ਜੀ, ਅਸੀਂ ਤਿੰਨਾਂ ਨੇ ਸਾਂਝੀ ਕੀਤੀ ਇੱਥੇ। ਇਹ ਤੁਹਾਡੀ ਦੂਜੀ ਬਾਜੀ ਸੀ? ਇਹ ਦੂਜੇ ਸਾਲ ਦੀ, ਦੂਜੇ ਸਾਲ, ਹਾਂ, ਜਾਣੀ 2-3 ਕੀ ਛੱਡ ਦਿੰਦੇ ਬਾਜੀਆਂ, ਉਹ ਤਾਂ ਹੁੰਦੀਆਂ ਬਾਜੀਆਂ ਥੋੜ੍ਹੀਆਂ ਸੀਗੀਆਂ। ਅਤੇ ਫਿਰ ਇੱਥੇ ਇਹਨਾਂ ਨਾਲ ਸਾਂਝੀ ਰਹੀ, ਫਿਰ ਵਿੱਚ ਹਰਦੇ ਵੀ ਰਹੇ, ਫਿਰ ਜਿੱਤ ਕੇ ਕਿਤੇ ਚੱਲੀ ਜਾਂਦਾ ਸੀ, ਫਿਰ ਅਸੀਂ ਗੋਰ ਸਿੰਘ ਛੱਡੀ ਉਸੇ ਸਾਲ ਹੀ ਬਾਜੀ ਜੀ, ਅਤੇ ਉੱਥੇ ਹੁੰਦੀ ਸੀ 15-15 ਭਾਦੋਂ ਦੀ, ਉਦੋਂ ਸਾਲ ਹੋ ਗਈ ਹਾੜ 'ਚ, ਉੱਥੇ ਵੀ ਸਾਡੀ 3-4 ਦੀ ਬਾਜੀ ਸਾਂਝੀ ਹੋ ਗਈ ਜੀ, ਅਤੇ ਜਿੱਤੀ ਗਏ ਵਿੱਚ, ਹਰ ਗਏ ਕਿਤੇ, ਜਿੱਤ ਕੇ ਚੱਲੀ ਗਿਆ ਕੰਮ। ਜਿਹੜਾ ਤੁਹਾਡਾ ਪਹਿਲਾ ਕਬੂਤਰ ਜਿੱਤਿਆ ਸੀ ਜਾਂ ਦੂਸਰੇ ਸਾਲ ਕਬੂਤਰ ਜਿੱਤਿਆ, ਉਹ ਨਸਲ ਅੱਜ ਤੁਹਾਡੇ ਖੁੱਡੇ 'ਚ ਹੈਗੀ? ਨਹੀਂ, ਉਹ ਨਸਲ ਨਹੀਂ, ਨਹੀਂ ਉਹ ਨਹੀਂ ਹੈਗਾ, ਉਹ ਤਾਂ ਮਰ ਮੁਰ ਗਿਆ। ਦੁਬਾਰਾ ਜਿਹੜੀ ਤੁਸੀਂ ਨਸਲ ਬਣਾਈ, ਉਹ ਮੁੱਲ ਲੈ ਕੇ ਬਣਾਈ, ਕਿਹੜੀ ਨਸਲ ਤੁਹਾਡੇ ਕੋਲ ਬਣੀ ਜਿਹੜੀ ਸਭ ਤੋਂ ਵੱਧ ਉੱਡੀ? ਨਸਲ ਤਾਂ ਇਉਂ ਸੀ, ਇੱਕ ਤਾਂ ਕਬੂਤਰ ਮੇਰੇ ਕੋਲੋਂ ਆਇਆ ਸੀਗਾ ਇੱਥੋਂ ਫਤਿਹਗੜ੍ਹੋਂ, ਮੁੰਡਾ ਸੀਗਾ, ਉਹਨੇ ਦਿੱਤਾ ਸੀਗਾ ਜਿੱਥੋਂ, ਜਿਹੜੇ ਆਹ ਕਬੂਤਰ ਤਿਆਰ ਹੋਏ ਆ ਜੀ, ਜਿਹੜੇ ਮਤਲਬ ਅੱਜ ਤੁਹਾਡੇ ਖੁੱਡੇ 'ਚ ਬੈਠੇ ਆ। ਹਾਂ ਜੀ, ਇੱਕ ਕਬੂਤਰੀ ਸਾਡੇ ਪਿੰਡ ਕਿਸੇ ਨੇ ਬਾਜ 'ਤੇ ਛੱਡੀ ਸੀ, ਅਤੇ ਉੱਧਰਲੇ ਬੰਦੇ ਸੀ ਠਾੜ ਠੂੜ ਦੇ ਉਹ ਜੀ, ਅਤੇ ਉਹਨਾਂ ਨੇ ਛੱਡੀ, ਜਵਾਕਾਂ ਨੇ ਫਟਫੜ ਲਈ ਸੀ, ਉਹਨਾਂ ਤੋਂ ਲੈ ਲਈ ਸੀ ਮੈਂ। ਅਤੇ ਇੱਕ ਕਬੂਤਰ ਸੀਗਾ ਇੱਧਰੋਂ ਮੈਨੂੰ ਮਿਲ ਗਿਆ ਸੀਗਾ, ਕੋਈ ਚੰਗਾ ਕਬੂਤਰ ਸੀ ਸ਼ਾਹ ਖੱਕ, ਉਹ 3 ਕਬੂਤਰ ਜਾਣੀ ਕ੍ਰੋਸ ਕਰਕੇ ਕਬੂਤਰੀ ਨੇ ਇੱਕ ਮੈਂ 7 ਬੱਚੇ ਕਢਾਏ ਜਦੋਂ ਇਹ ਨਸਲ ਤਿਆਰ ਹੋਈ ਪਹਿਲੇ ਸਾਲ, 7 ਬੱਚੇ ਕਢਾਏ। ਹਾਂ, 7 ਬੱਚੇ, 7-7 ਬਾਜੀਆਂ ਜਿੱਤੇ। ਇੱਕ ਇੱਥੇ ਮੈਂ ਬਿਰਕਾਂ ਛੱਡੀ, ਅਤੇ ਰੌਲੇ ਛੱਡਿਆ, ਦਾਤੇ ਛੱਡੇ, ਉਹ 7 ਭੈਣ ਭਰਾ ਬਾਜੀਆਂ ਜਿੱਤੇ। ਦੂਜੇ ਸਾਲ ਉਹ ਉਹਦੀ ਜਿਹੜੀ ਪੱਠੀ ਵਾ ਉਹ ਦੂਜੇ ਕਬੂਤਰਾਂ ਮਿਲੇ, 7 ਹੀ ਉਹਨਾਂ ਨੇ ਕੱਢੀ, 7 ਹੀ ਗਾਂ ਅਗਲੇ ਸਾਲ ਫਿਰ ਕੱਢ, 7 ਨਹੀਂ ਉਹਨਾਂ ਨੇ ਬਾਜੀਆਂ ਹੋਈਆਂ ਜਿੱਤੀਆਂ। ਵਿੱਚ ਤਾਰੇ ਤੂਰੇ ਵਾਲ ਉੱਡੀ, ਰਸੂਲਪੁਰ ਵਾਲੀ ATM ਦੀ ਜਿਹੜੀ ਮਾਂ ਬਣੀ ਆ, ਉਹ 3-4 ਬਾਜੀਆਂ ਜਿੱਤੀ। ਅਤੇ ਲੰਬ ਵਾਲੀ ਛੱਡਿਆ ਸੀ ਕਬੂਤਰ, ਉਹ ਬਹੁਤ ਉੱਡਿਆ ਉੱਥੇ ਕਬੂਤਰ ਲੰਬ ਵਾਲੀ ਵੀ, ਅਤੇ ਫਿਰ ਤਾਂ ਬਹੁਤ ਚੰਗੇ ਵਿੱਚ ਉੱਡੇ ਕਬੂਤਰ। ਮੈਂ ਉਹ ਨਸਲੀ ਤਿਆਰ ਹੋ ਗਈ 16-17 ਤੋਂ ਬਾਅਦ, 16-17 ਤੋਂ। ਤੁਸੀਂ ਜ਼ਿਕਰ ਕੀਤਾ ATM ਦਾ, ਹਾਂਜੀ, ਕਾਫੀ ਲੋਕ ਜਾਣਨਾ ਚਾਹੁੰਦੇ ਆ ਜਿਹੜੇ ਆਪਣੇ ਖਿਡਾਰੀ ਵੀਰ ਹੈ, ਵੀ ਜਿਹੜਾ ATM ਨਾਂ ਤੁਹਾਡੇ ਕਬੂਤਰ ਦਾ ਕਿਵੇਂ ਪਿਆ, ਕਿਹੜੀ ਬਾਜੀ 'ਚ ਪਿਆ, ਕਿਹੜੀ ਉਹ ਨਸਲ ਦਾ ਕਬੂਤਰ ਸੀਗਾ ATM? ਉਹੀ ਜਦੋਂ ਮੈਂ 7 ਬੱਚੇ ਦੱਸਦਾ ਸੀ ਵੀ ਇਹ ਕਬੂਤਰੀ, ਉਹ ਦੂਜਾ ਲੰਬ ਵਾਲੀ ਛੱਡਾ, ਜਿਹੜਾ ਮੈਂ ਲੰਬ ਵਾਲੀ ਦੀ ਭੈਣ ਸੀਗੀ ਜੀ ਕਬੂਤਰੀ, ਉਹਨਾਂ 'ਚੋਂ ATM ਬਣੇਗਾ। ATM ਨਾਂ ਉਹਦਾ ਕਿਹਨੇ ਰੱਖਿਆ? ਉਹ ਤਾਂ ਲੋਕਾਂ ਨੇ ਰੱਖ, ਲੋਕਾਂ ਨੇ ਰੱਖ, ਹਾਂ, ਵੱਜਤ ਤੇ ਛੱਡ ਦਿੰਦੇ ਜਾਂ ਅਸੀਂ ਵੀ ਜਿੱਤ ਗਈ, ਜਿੱਤ ਗਈ, ਹਾਂ, ਜਿੱਥੇ ਕਈ ਵਾਰੀ ਜਿੰਨੀਆਂ ਵਾਰੀਆਂ ਸਾਡੀਆਂ ਤਕਰੀਬਨ ਉਨੀਆਂ ਜਿੱਤੀ ਉਹ ਜੀ।
ਤੇ ਜਿੱਤ ਕੇ ਰਾਤਾਂ ਨੂੰ ਕਈ ਵਾਰੀਆਂ ਤੇ ਦੋ ਤਿੰਨ ਵਾਰੀਆਂ ਦੇ ਉੱਤੇ ਵੀ ਰਹਿ ਜਾਂਦੀ ਸੀਗੀ। ਹੈ ਆਪਣੇ ਕੋਲ ਜਿਹੜਾ ਏਟੀਐਮ ਹੈ ਹੁਣ ਮਾਂ ਪਿਓ ਹੈਗਾ, ਮਾਂ ਉਹਦਾ ਪਿਓ ਹੈਗਾ ਆਪਣਾ, ਉਹਦੇ ਲੱਤਾਂ ਜਿਹਾ ਖੜ ਗਈ ਮਰ ਗਈ ਸੀਗੀ ਜੀ। ਸੋ ਜੀ ਏਟੀਐਮ ਹੈ ਜੋ ਬਾਅਦ ਵਿੱਚ ਵਿਖਾਵਾਂਗੇ ਤੁਹਾਨੂੰ, ਉਹਦਾ ਪਿਓ ਇਹਨਾਂ ਕੋਲ ਬੈਠਾ ਜਾਂ ਜਿਹੜੇ ਉਹਨਾਂ ਦੇ ਅੱਗੇ ਬੱਚੇ ਪੱਠੇ ਆ ਉਹ ਵੀ ਦਿਖਾਵਾਂਗੇ ਅਤੇ ਬਾਈ ਜੀ ਨਾਲ ਉਹਨੇ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਹਾਂ। ਅਗਲਾ ਸਵਾਲ ਜਿਹੜਾ ਤੁਹਾਨੂੰ ਪੁੱਛਦੇ ਹਾਂ, ਕਬੂਤਰਬਾਜ਼ੀ ਦੇ ਵਿੱਚ ਆਮ ਆਪਾਂ ਉਸਤਾਦ ਧਾਰਦੇ, ਤੁਹਾਡਾ ਵੀ ਕੋਈ ਗੁਰੂ ਉਸਤਾਦ ਹੈਗਾ ਜੀ? ਮੈਂ ਨਾ ਪਹਿਲਾਂ ਸਰ ਕਬੱਡੀ ਕੁੱਡੀ ਦੇ ਵਿੱਚ ਉਦੋਂ ਆ ਕੇ ਕਬੂਤਰ ਛੱਡ ਕੁੱਟ ਕੇ ਚਲਿਆ ਜਾਂਦਾ ਸੀ ਉੱਤਰਬਾਜ਼ੀ 'ਤੇ, ਛੱਡ ਲਏ ਜਾਂਦੇ ਕੁੱਡ ਕੇ ਠੀਕ ਆ ਹੈ ਨਾ, ਅਤੇ ਚਲੋ ਆਪਣੇ ਲਿੰਕ ਰਹੇ ਵਧੀਆ ਬੰਦਿਆਂ ਦਾ ਰਹੇ ਪਹਿਲਾਂ ਪਹਿਲਾਂ, ਅਤੇ ਉੱਦਾਂ ਕਈ ਬੰਦਿਆਂ ਨੂੰ ਮੈਂ ਉਦੋਂ ਬਾਅਦ ਆਪਣੇ ਕਬੂਤਰ ਵਧੀਆ ਉੱਡ ਗਏ ਵਿੱਚ 2-4 ਸਾਲ ਵਧੀਆ ਉੱਡੀ ਗਏ, ਅਤੇ ਕਈ ਬੰਦਿਆਂ ਨੂੰ ਪੁੱਛਿਆ ਯਾਰ ਆਪਾਂ ਦਈਏ ਪੱਗ ਪੁੱਗ ਗਏ ਹੈ ਨਾ, ਉਹ ਬੰਦਿਆਂ ਨੇ ਲੱਤਾਂ ਹੀ ਲਾਈ, ਕਈਆਂ ਬੰਦਿਆਂ ਨੇ ਲਾਈ ਵਿੱਚ, ਚਲੋ ਅੱਗੋਂ ਕੋਈ ਵਧੀਆ ਲੱਗਦਾ ਤੁਹਾਡੇ ਤਾਂ ਉੱਡੀ ਜਾਂਦੇ ਅਤੇ ਤੁਸੀਂ ਕੀ ਲੈਣਾ ਵਾ ਫਲਾਨਾ ਧੋਕਾ, ਐਂ ਕਹਿ ਕੇ ਹੁਣ ਫਿਰ ਦੇਖਾਂਗੇ ਮੈਂ ਕਿਹਾ ਚੱਲ ਬੰਦਾ ਕੋਈ ਹੋਵੇ ਹੈ ਨਾ ਵੀ ਜਲਦੀ ਨਹੀਂ ਕਬੂਤਰ ਕਬੂਤਰ ਛੱਡਦੇ ਜੀ ਨੇ ਨਾ ਰੱਖੇ ਤੂੰ ਦੇ ਦਾਂਗੇ ਪੱਗ ਦੇ ਦਾਂਗੇ ਜ਼ਰੂਰੀ ਆ ਪੱਗ ਤਾਂ ਅਤੇ ਚੁੱਕ ਹੋਇਆ ਕਰਾਂਗੇ ਕਿਸੇ ਨਾ ਕਿਸੇ ਦਾ, ਹੁਣ ਐਂ ਕੋਈ ਬੰਦਾ ਲੱਤ ਲਾਉਂਦਾ ਹੀ ਨਹੀਂ ਸੀਗਾ ਕੋਈ, ਅਗਲਾ ਕਹਿੰਦਾ ਤੁਹਾਡਾ ਤਾਂ ਇੰਨਾ ਨੂੰ ਐਂ ਕਹਿੰਦਾ ਉਹਦੇ ਨਾ ਕੋਈ ਸਵਾਲ ਦਾ ਜਵਾਬ, ਅਤੇ ਫਿਰ ਤੁਸੀਂ ਆਪਦੀ ਲੜਾਈ ਹੈ ਜਿਹੜੀ ਖੁਦ ਆਪ ਹੀ ਲੜੀ? ਹਾਂ ਆਪ ਹੀ ਸਾਰਾ ਕੁਛ। ਅੱਗੇ ਤੁਹਾਡੇ ਹੁਣ ਚੇਲੇ ਵੀ ਹੈ ਸੁਣਿਆ, 4-5 ਚੇਲੇ ਹੈ, ਉਹ ਤੁਹਾਡੇ ਚੇਲੇ ਕਿਹੜੇ ਕਿਹੜੇ ਹੈ, ਕੀ ਨਾਂ ਹੈ ਜੀ ਉਹਨਾਂ ਦਾ? ਇੱਕ ਤਾਂ ਰੋਡਾ ਕਿਲੋ, ਰੋਡਾ ਕਿਲੋ ਆਪਾਂ ਪਹਿਲੀ ਕੁਰਸੀ 'ਤੇ ਬੈਠੇ ਹਾਂ, ਹਾਂਜੀ ਇਹ ਬਾਈ ਜੀ ਗੁਲਜ਼ਾਰ ਦੇ ਚੇਲੇ ਆ ਜੀ ਰੋਡਾ ਕਿਲੋ, ਇਹ ਆਪਾਂ ਥੋੜ੍ਹਾ ਨੇੜੇ ਹੋ ਕੇ ਪੁੱਛਦੇ ਬਾਈ ਜੀ ਨੂੰ। ਕਿੰਨੇ ਸਨ 'ਚ ਤੁਸੀਂ ਬਾਈ ਜੀ ਨੂੰ ਗੁਰੂ ਧਾਰਿਆ ਜੀ? ਆਪਾਂ ਜੀ 8 2008। ਵਧੀਆ ਲੱਗਿਆ ਜੋ ਇਹਨਾਂ ਨੇ ਤੁਹਾਨੂੰ ਸਿੱਖਣ ਨੂੰ ਦੱਸਿਆ, ਜੋ ਵੀ ਇਹਨਾਂ ਦਾ ਹੁੰਦਾ ਤੁਹਾਨੂੰ ਸਿਖਾਇਆ ਹੋਊਗਾ ਇਹਨਾਂ ਨੇ? ਸਭ ਤੋਂ ਵਧੀਆ ਲੱਗਿਆ, ਸਭ ਤੋਂ ਵਧੀਆ ਲੱਗਿਆ ਜੀ। ਵਧੀਆ ਆਰਡਰ ਹੈ ਕਬੂਤਰ ਤੁਹਾਡੇ, ਪੂਰਾ ਆਦਰ ਸਤਿਕਾਰ ਹੈ ਜੀ, 10 ਸਾਲ ਹੋ ਗਏ ਜੀ, ਚਾਹੀਦਾ ਵੀ ਹੈ ਜੀ, ਗੁਰੂ ਬਿਨਾਂ ਜਿਵੇਂ ਕਹਿੰਦੇ ਆ ਗੱਤ ਨਹੀਂ ਜੀ। ਅਤੇ ਬਾਈ ਜੀ ਨੇ ਤਾਂ ਜਿਹੜੀ ਜੰਗ ਹੈ ਇਕੱਲਿਆਂ ਲੜੀ ਸੀ, ਬਾਈ ਜੀ ਦੱਸ ਰਹੇ ਆ ਕਿ ਮੈਂ ਇਹਨਾਂ ਨੂੰ ਉਤਾਰਿਆ ਸੀ। ਵਧੀਆ ਜੀ, ਤੁਸੀਂ ਇਹੋ ਜਿਹੇ ਮਹਾਨ ਬੰਦੇ ਦੇ ਚੇਲੇ ਬਣੇ ਹੋ। ਅਤੇ ਅੱਗੇ ਵੀਰ ਜੀ ਰਵੀ, ਅੱਗੇ ਰਵੀ ਡੈਲੋ ਤੋਂ ਹੈ ਵੀਰ ਜੀ, ਇਹ ਵੀ ਬਾਈ ਜੀ ਗੁਲਜ਼ਾਰ ਦੇ ਚੇਲੇ, ਤੁਸੀਂ ਕਿਹੜੇ ਸਨ 'ਚ ਚੇਲੇ ਬਣੇ ਜੀ ਬਾਈ ਜੀ ਦੇ? 2011 'ਚ। 2011 ਜੀ, ਵਧੀਆ ਉਸਤਾਦ ਲੱਗੇ ਤੁਹਾਨੂੰ ਇਹ? ਦੇਖੋ ਜੀ ਪੂਰੇ ਵਧੀਆ ਜੀ, ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ, ਮੈਂ ਤਾਂ ਕਹਿੰਦਾ ਜੀ ਅਸੀਂ ਭਾਗਾ ਵਾਲਿਆ ਜੋ ਸਾਨੂੰ ਇੱਦਾਂ ਦੇ ਇਨਸਾਨ ਨੂੰ ਜੀ ਗੁਰੂ ਮੰਨਣ ਬਹੁਤ ਮਹਾਨ ਹਸਤੀ ਹੈ ਜੀ। ਬਿਲਕੁਲ ਜੀ, ਕਈ ਵਾਰੀ ਕੀ ਹੁੰਦਾ ਇੱਕ ਸਵਾਲ ਪੁੱਛਦੇ ਤੁਹਾਨੂੰ, ਆਮ ਆਪਾਂ ਗੁਰੂ ਧਾਰ ਲੈਂਦੇ ਹਾਂ ਜੀ, ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਆਪਦੇ ਗੁਰੂ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਆ ਕਈ ਲੋਕ। ਬਿਲਕੁਲ ਜੀ ਬਿਲਕੁਲ, ਬਹੁਤ ਗਰੁੱਪਾਂ ਦੇ ਵਿੱਚ ਵੇਖਿਆ ਕਿ ਯਾਰ ਉਹਨੇ ਸਾਡੇ ਕਬੂਤਰ ਦੱਬ ਲਏ, ਉਹ ਤਾਂ ਕਬੂਤਰਾਂ ਮਾਰਾ ਸਾਡਾ ਗੁਰੂ ਬਣਿਆ ਸੀਗਾ। ਤੁਸੀਂ ਬਾਈ ਜੀ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਗੱਲਾਂ ਉਹ ਲੋਕ ਕਹਿੰਦੇ ਆ ਜਿਹਨਾਂ ਨੂੰ ਜਾਂ ਤਾਂ ਕੁਛ ਮਿਲਦਾ ਨਹੀਂ ਜੀ, ਜੀ ਜਾਂ ਉਹ ਆਪ ਨਹੀਂ ਜਿੱਤਦੇ, ਆਪ ਨਹੀਂ ਜਿੱਤਦੇ, ਸਾਨੂੰ ਜੀ ਦੱਸਿਆ ਵੀ ਬਹੁਤ ਕੁਛ ਹੈ ਜੀ, ਠੀਕ ਹੈ ਜੀ, ਅਤੇ ਪਰਮਾਤਮਾ ਦੀ ਮਿਹਰ ਹੈ ਜੀ ਅਸੀਂ ਬਾਈ ਜੀ ਦੀ ਅੱਜ ਤੱਕ ਪਿੱਠ ਨਹੀਂ ਲੱਗਦੀ, ਅਤੇ ਕੋਈ ਕੰਮ ਵੀ ਇੱਦਾਂ ਦਾ ਨਹੀਂ ਕੀਤਾ ਵੀ ਸਾਡੇ ਕਰਕੇ ਜਿਹੜਾ ਬਾਈ ਜੀ ਨੂੰ ਸ਼ਰਮਿੰਦਾ ਹੋਣਾ ਪਵੇ। ਬਾਕੀ ਗੱਲ ਬਾਜ਼ੀਆਂ ਦੀ ਜੀ, ਸੋ ਮੇਰਾ ਜੀ ਏਰੀਏ 'ਚ ਜਿੰਨੇ ਕੁ ਜੋਗੇ ਅਸੀਂ ਹੈਗੇ ਹਾਂ ਜੀ, ਅਤੇ ਅਸੀਂ ਵਧੀਆ ਪਰਮਾਤਮਾ ਕਿੰਨੀ ਸਾਡਾ ਵਧੀਆ ਨਾਂ ਆ ਜੀ, ਅਤੇ ਜੋ ਕੁਛ ਹੈ ਵੀ ਅੱਜ ਉਹ ਬਾਈ ਜੀ ਦੇ ਸਿਰ 'ਤੇ ਹੈ ਜੀ, ਅਤੇ ਪਰਮਾਤਮਾ ਇਹਨਾਂ ਨੂੰ ਜੀ ਸਲਾਮਤ ਰੱਖੇ, ਤੰਦਰੁਸਤ ਬਖਸ਼ੇ ਜੀ। ਦੁਆ ਕਰਦੇ ਹਾਂ ਕਿ ਬਾਈ ਦੇ ਜਿਹੜੇ ਚੇਲੇ ਹੈ 4 ਤੋਂ 8, 8 ਤੋਂ 12 ਹੋਣ, ਅਤੇ ਬੜਾ ਸਤਿਕਾਰ ਜਿਹੜਾ ਬਾਈ ਜੀ ਦਾ ਕਰੀ ਜਾਂਦੇ ਇਹ, ਅਤੇ ਬਹੁਤ ਵਧੀਆ ਲੱਗਿਆ ਜੀ ਸਾਨੂੰ। ਸੋ ਬਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਜੋ ਅੱਜ ਕੱਲ੍ਹ ਦਾ ਸਮਾਂ ਜਿੱਦਾਂ ਦਾ ਚੱਲ ਰਿਹਾ, ਪਹਿਲਾਂ ਤਾਂ ਜੀ ਜਿਹਨੇ ਉਸਤਾਦੀ ਸ਼ਗਿਰਦੀ ਕਰਨੀ ਆ ਉਹ ਸੋਚ ਸਮਝ ਕੇ ਕਰੋ ਜੀ, ਵੀ ਅਸੀਂ ਕਰਨੀ ਪੱਗ ਦੇਣੀ, ਕਿਉਂਕਿ ਪੱਗ ਦਾ ਮਹੱਤਵ ਆ ਜੀ ਬਹੁਤ ਵੱਡਾ ਬਹੁਤ ਉੱਚਾ ਜੀ, ਅਤੇ ਉਹ ਮੰਨਣਾ ਪੈਂਦਾ, ਅਤੇ ਉਦੋਂ ਬਾਅਦ ਦੇਤੀ ਦਾ ਜੀ ਉਹ ਆਪਾਂ ਜਿੱਤੀਏ ਹਰੀਏ ਆਪਾਂ ਨੂੰ ਉਹ ਇਨਸਾਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਦੇ ਵੀ। ਸੋ ਮੇਰੀ ਤਾਂ ਇਹੀ ਰਿਕੁਐਸਟ ਆ ਜੀ ਵੀ ਰਲ ਕੇ ਰਿਹਾ ਕਰੋ ਜੀ, ਉਹ ਅੱਜ ਕੱਲ੍ਹ ਦਾ ਸਮਾਂ ਬਹੁਤਾ ਵਧੀਆ ਨਹੀਂ ਹੈਗਾ ਜੀ ਕਬੂਤਰਬਾਜ਼ੀ ਵਾਸਤੇ, ਸੋ ਆਪਾਂ ਇਕੱਠੇ ਰਹਾਂਗੇ, ਸੋ ਇਹ ਲਾਈਫ ਆ ਜਿਹੜੀ ਆਪਣੀ ਜੋ ਸ਼ੌਂਕ ਆ ਜੀ ਇਹ ਲੰਮਾ ਹੋ ਜੂਗਾ, ਲੰਮਾ ਸਮਾਂ ਆਪਾਂ ਕਰ ਲਵਾਂਗੇ ਜੀ। ਸੋ ਬਾਕੀ ਸਾਡਾ ਜੀ ਸਭ ਤੋਂ ਵੱਡੀ ਗੱਲ ਇਹ ਆ ਜੀ, ਸਾਡਾ ਆਪਦਾ ਗਰੁੱਪ ਜੋ ਬਾਈ ਜੀ ਦਾ ਉਹ ਬਹੁਤ ਛੋਟਾ ਵਾ ਜੀ, ਕੋਈ ਲੰਮਾ ਚੌੜਾ ਗਰੁੱਪ ਨਹੀਂ, ਅਸੀਂ 4-5 ਜਾਣੇ ਆ ਜੀ, ਸੋ ਇਹਦੇ ਕਰਕੇ ਸਾਡਾ ਜੀ ਇੱਕ ਘਰ ਵਾਲਾ ਹੀ ਮਾਹੌਲ ਆ। ਤੁਸੀਂ ਉਸਤਾਦੀ ਸ਼ਗਿਰਦੀ ਬਹੁਤ ਵਧੀਆ ਜੀ, ਤੁਹਾਡੇ ਵਿਚਾਰ ਬਹੁਤ ਵਧੀਆ ਰਵੀ ਡੈਲੋ ਜੀ, ਅਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ।
ਤੇ ਨਾਲ ਇਹ ਵੀ ਉਹਨਾਂ ਦੇ ਚੇਲੇ ਆ। ਕੀ ਨਾਮ ਇਹਨਾਂ ਦਾ? ਗੁਰਦੀਪ ਰੱਬੋ ਜੀ। ਗੁਰਦੀਪ ਰੱਬੋ, ਕਾਫੀ ਨਾਂ ਸੁਣਿਆ ਜੀ ਗਰੁੱਪਾਂ ਦੇ ਵਿੱਚ ਗੁਰਦੀਪ ਰੱਬੋ ਆਪਾਂ। ਕਾਫੀ ਬਾਈ ਜੀ ਨੇ ਸ਼ਾਇਦ ਬਾਜ਼ੀਆਂ ਦਿੱਤੀਆਂ। ਤੇ ਤੁਸੀਂ ਬਾਈ ਜੀ ਨੂੰ ਕਦੋਂ ਮਤਲਬ ਗੁਰੂ ਧਾਰਿਆ ਜੀ? ਅਸੀਂ ਸਰ 2012 'ਚ ਬਣਾਇਆ ਸੀ ਉਸਤਾਦ ਬਾਈ ਨੂੰ। 2012 'ਚ? ਹਾਂਜੀ ਹਾਂਜੀ ਜੀ। ਪਹਿਲਾਂ ਜੀ ਕਾਫੀ ਧੱਕੇ ਧੁੱਕੇ ਖਾਧੇ ਆ ਜੀ। ਲੋਕਾਂ ਕੋਲ ਜਾਂਦੇ ਸੀਗੇ, ਕੋਈ ਕਬੂਤਰ ਲੰਡਰ ਦੇ ਦਿੰਦਾ ਸੀ, ਕੋਈ ਕੁਛ ਦੇ ਦਿੰਦਾ ਸੀਗਾ ਜੀ। ਉਸ ਤੋਂ ਬਾਅਦ ਦੇ ਵਿੱਚ ਜੀ ਸਾਨੂੰ ਸ਼ੌਂਕ ਸੀਗਾ ਸ਼ੁਰੂ ਤੋਂ ਹੀ, ਇੱਕ ਕੁੱਤਿਆਂ ਦਾ ਸ਼ੌਂਕ ਜੀ, ਕਬੂਤਰਾਂ ਦਾ ਜੀ। ਫਿਰ ਅਸੀਂ ਬਾਈ ਕੋਲ ਆ ਗਏ 2012 'ਚ ਜੀ। ਬਾਕੀ ਮੇਹਰ ਆ ਜੀ ਬਾਈ ਦੀ, ਰੱਬ ਦੀ ਵੀ, ਵਧੀਆ ਬਾਜੀ ਜਿੱਤੇ ਜੀ, ਬਹੁਤ ਵਧੀਆ। ਸਾਰੀ ਜਿੱਤੇ ਜੀ, ਜਿੰਨਾ ਗਰੁੱਪ ਆ ਜੀ, ਮੋਟਰਸਾਈਕਲ ਵੀ ਜਿੱਤੇ ਜੀ ਅਸੀਂ ਜੀ। ਹਾਂਜੀ, ਅਤੇ ਬਹੁਤ ਬਹੁਤ ਮਤਲਬ ਤੁਹਾਨੂੰ ਵਧਾਈਆਂ ਦਿੰਦੇ ਕਿ ਤੁਸੀਂ ਬਹੁਤ ਹੀ ਵਧੀਆ ਇੱਕ ਇਨਸਾਨ ਦੇ ਨਾਲ ਲੜ ਲੱਗੇ ਹੋ। ਅਤੇ ਜਿੰਨੇ ਵੀ ਬਾਈਆਂ ਨਾਲ ਗੱਲ ਕੀਤੀ, ਕੁਛ ਨਾ ਕੁਛ ਤੁਹਾਨੂੰ ਸਿੱਖਣ ਨੂੰ ਹੀ ਮਿਲਿਆ ਇਹਨਾਂ ਤੋਂ। ਸਾਨੂੰ ਬਹੁਤ ਖੁਸ਼ੀ ਆ ਜੀ, ਅਸੀਂ ਬਾਈ ਕੋਲ ਆਏ ਜੀ, ਠੀਕ ਹੈ ਜੀ, ਬਹੁਤ ਵਧੀਆ ਲੱਗਿਆ ਜੀ। 2012 ਦੇ ਵਿੱਚ ਆਏ ਅਤੇ ਬਾਕੀ ਬਾਈ ਵੀ ਇੱਜ਼ਤ ਕਰਦਾ ਜੀ, ਵਧੀਆ ਜੀ ਸਾਡੀ। ਨਹੀਂ, ਇਹਨਾਂ ਦਾ ਸੁਭਾਅ ਤਾਂ ਬਹੁਤ ਹੀ ਵਧੀਆ, ਅਸੀਂ ਵੀ ਕਾਫੀ ਸੁਣਿਆ, ਇਸੇ ਕਰਕੇ ਅੱਜ ਬਾਈ ਜੀ ਦੇ ਅਸੀਂ ਘਰ ਆਏ ਹਾਂ। ਅਸੀਂ ਵੀ ਬਾਈ ਕੋਲ ਆਉਣ ਨੂੰ ਜੀ ਬਹੁਤ ਤਰਸਦੇ ਸੀਗੇ। ਪਹਿਲਾਂ ਫੋਨ ਲਾਉਂਦੇ ਸੀਗੇ ਜੀ ਅਤੇ ਜਵਾਬ ਦੇ ਦਿੰਦੇ ਸੀਗੇ ਜੀ। ਅਤੇ ਇੱਕ ਹਰਵਿੰਦਰ ਰੱਬੋਂ ਆ ਜੀ, ਕਬੱਡੀ ਖੇਡਦਾ ਮੁੰਡਾ, ਉਹਨੇ ਬਾਈ ਨੂੰ ਫੋਨ ਕੀਤਾ ਜੀ, ਉਹਦੀ ਫਰਮਾਇਸ਼ ਪਾਈ ਜੀ। ਫਿਰ ਉਸ ਤੋਂ ਬਾਅਦ ਸੋਨੀ 'ਚ ਚਰਾੜੀ ਹੈ ਜੀ, ਉਹ ਲੈ ਕੇ ਆਇਆ ਜੀ ਬਾਈ ਕੋਲ ਸਾਨੂੰ। ਹਾਂਜੀ ਹਾਂਜੀ, ਚਲੋ ਬਹੁਤ ਵਧੀਆ ਜੀ। ਇਹਨਾਂ ਦਾ ਕਾਫੀ ਨਾਂ ਹੈ ਗੁਰਦੀਪ ਰੱਬੋ, ਤੁਸੀਂ ਸੁਣਿਆ ਵੀ ਹੋਊਗਾ। ਆਹ ਬਾਈ ਜੀ ਆ ਉਹ ਜਿਹੜੇ ਗੁਰਦੀਪ ਰੱਬੋ ਹੈ, ਅਤੇ ਆਪਣੇ ਪਿੱਛੇ ਬੈਠੇ ਹੈ ਬਾਈ ਜੀ ਤਲਵਿੰਦਰ ਚੌਂਕੀ ਮਾਨਾ ਤੋਂ। ਐਤਕੀ ਦੱਸਦੀ ਹੈ ਤੁਹਾਨੂੰ 2017 ਦੇ ਵਿੱਚ, 2017 'ਚ ਕਾਫੀ ਨਾਂ ਇਹਨਾਂ ਦਾ ਆਇਆ ਬਾਈ ਜੀ ਤਲਵਿੰਦਰ ਚੌਂਕੀ ਮਾਨਾ ਦਾ। ਡਿਟੇਲ ਨਾਲ ਇਹਨਾਂ ਨਾਲ ਗੱਲ ਕਰਦੇ ਹਾਂ ਆਪਾਂ ਇੱਥੇ ਮੰਜੇ 'ਤੇ ਬੈਠ ਕੇ ਬਾਈ ਜੀ ਗੁਲਜ਼ਾਰ ਦੇ ਨਾਲ। ਅਤੇ ਆਓ ਕਰਦੇ ਹਾਂ ਜੀ ਗੱਲਬਾਤ ਬਾਈ ਜੀ ਨਾਲ। ਗੱਲਬਾਤ ਕਰਾਉਣ ਤੋਂ ਬਾਅਦ ਉਹਨਾਂ ਦੇ ਜਿੰਨੇ ਵੀ ਚੇਲੇ ਆ ਅਸੀਂ ਉਹਨਾਂ ਨੂੰ ਮਿਲਾਇਆ ਜੀ। ਅਤੇ ਹੁਣ ਬਾਈ ਜੀ ਨਾਲ ਬੈਠੇ ਆਪਣੇ ਤਲਵਿੰਦਰ ਚੌਂਕੀ ਮਾਨਾ ਤੋਂ, ਅਤੇ ਬਾਈ ਜੀ ਦੇ ਕਾਫੀ ਕਲੋਜ਼ ਫਰੈਂਡ ਹੈ, ਅਤੇ ਅੱਜ ਇਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਜੀ। ਅਤੇ ਕਰਦੇ ਹਾਂ ਆਪਾਂ ਇਹਨਾਂ ਨਾਲ ਵੀ ਗੱਲਬਾਤ, ਤੁਹਾਡਾ ਬਾਈ ਜੀ ਨਾਲ ਕਿਵੇਂ ਨੇੜਤਾ ਆਈ ਜੀ? ਅਸੀਂ ਮੇਰਾ ਪਿੰਡ ਗਵਾਂਢੀ ਆ ਨਾਲ ਜੀ, ਆਉਂਦੇ ਜਾਂਦੇ ਸੀਗੇ ਜੇ ਉੱਧਰ ਚਲੇ ਜਾਣਾ ਉੱਧਰ ਨਾਲ ਨਿਕਲ ਨੁਕਲ ਕੇ ਇਕੱਠੇ ਸੋਚ ਬਣੀ ਸੀਗੀ ਸਾਡੀ। ਅਤੇ ਹੁਣ ਤਾਂ ਦੋ ਤਿੰਨ ਸਾਲ ਹੁਣ ਤਾਂ ਬਾਹਵਾ ਨੇੜੇ। ਤੁਹਾਡੀ ਜਿਹੜੀ ਇਹ ਲਿਹਾਜ਼ ਹੈ ਕਬੂਤਰਾ ਕਰਕੇ ਪਈ ਜਾਂ ਤੁਸੀਂ ਵੀ ਪਹਿਲਾਂ ਕੋਈ ਕਬੱਡੀ ਖੇਡਦੇ ਸੀ ਜਾਂ ਗਵਾਂਢ ਕਰਕੇ ਪਈ? ਕਬੂਤਰਾ ਕਰਕੇ, ਗਵਾਂਢ ਸਾਨੂੰ ਵੀ ਸ਼ੌਂਕ ਸੀਗਾ ਅਤੇ ਅਸੀਂ ਆਉ ਜਾਂਦੇ ਸੀਗੇ ਜਿਵੇਂ ਸਾਡਾ ਨਿਕਲ ਗਿਆ ਕਬੂਤਰ ਜਾਂ ਇੱਥੋਂ ਇਹਦਾ ਚਲਿਆ ਗਿਆ। ਕਿਉਂ ਗਰੁੱਪਾਂ ਦੇ ਵਿੱਚ ਕਾਫੀ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਬਾਈ ਜੀ ਤਲਵਿੰਦਰ ਚੌਂਕੀ ਮਾਨਾ ਜਾਂ ਬਾਈ ਜੀ ਗੁਲਜ਼ਾਰ ਇੱਕ ਵਾਰੀ ਇੱਕ ਦੂਜੇ ਨੂੰ ਜ਼ਰੂਰ ਮਿਲ ਜਾਂਦੇ ਇਕੱਠੇ ਕਬੂਤਰ ਉਡਾਉਂਦੇ। ਕਿੰਨੇ ਸਾਲ ਹੋ ਗਏ ਤੁਹਾਨੂੰ ਬਾਈ ਜੀ ਨਾਲ ਕਬੂਤਰ ਉਡਾਉਂਦਿਆਂ? ਦੋ ਤਿੰਨ ਸਾਲ ਹੋ ਗਏ। ਦੋ ਤਿੰਨ ਸਾਲ ਹੋ ਗਏ। ਪਹਿਲਾਂ ਵਧੀਆ ਕਬੂਤਰ ਉੱਡਦੇ ਸੀ ਜਾਂ ਜਦੋਂ ਬਾਈ ਜੀ ਨਾਲ ਤੁਸੀਂ ਆ ਕੇ ਅਟੈਚਮੈਂਟ ਕਰ ਲਈ, ਹੁਣ ਕਬੂਤਰ ਵਧੀਆ ਉੱਡ ਰਹੇ ਤੁਹਾਡੇ? ਪਹਿਲਾਂ ਵੀ ਉੱਡਦੇ ਸੀ, ਪਹਿਲਾਂ ਵੀ ਉੱਡਦੇ ਸੀ। ਇੱਕੋ ਹੀ ਨਸਲ ਹੈ ਤੁਹਾਡੇ ਦੋਨੇ ਦੇ ਖੁੱਡਿਆਂ ਦੇ ਵਿੱਚ? ਹਾਂਜੀ, ਇੱਕੋ ਹੀ, ਇੱਕੋ ਹੀ ਨਸਲ ਹੈ। ਤੁਸੀਂ ਸ਼ੁਰੂਆਤ ਕਦੋਂ ਕੀਤੀ ਜਿਹੜੀ ਕਬੂਤਰਬਾਜ਼ੀ? ਮੈਂ 2010 ਸਾਲ ਦੇ ਵਿੱਚ ਰੱਖਿਆ। 2010 ਦੇ ਵਿੱਚ? ਅਤੇ ਤੁਸੀਂ ਕਿਹਦੇ ਤੋਂ ਸਿੱਖੇ ਇਹ ਜਿਹੜਾ ਆਪਣੇ ਕਬੂਤਰਬਾਜ਼ੀ ਦਾ ਜਿਹੜਾ ਸ਼ੌਕ ਹੈ ਤੁਹਾਨੂੰ ਲੱਗ ਗਿਆ? ਜੀਤੇ ਨਾਲ ਲਿਹਾਜ਼ ਲਿਹਾਜ਼ ਚੰਨਣ ਵਾਲ ਵਾਲੇ ਜੀਤੇ ਨਾਲ ਤੁਹਾਡੇ ਗੁਰੂ ਆ ਜਾਂ ਵੈਸੇ ਹੀ ਫਰੈਂਡ ਆ? ਲਿਹਾਜ਼ ਵੈਸੇ ਹੀ ਲਿਹਾਜ਼। ਅਤੇ 2010 ਦੇ ਵਿੱਚ ਜਦੋਂ ਤੁਸੀਂ ਕਬੂਤਰ ਰੱਖੇ ਅਤੇ ਕਿੱਥੇ ਕਿੱਥੇ ਬਾਜ਼ੀਆਂ ਛੱਡੀਆਂ? ਕਾਫੀ ਤੁਸੀਂ ਐਤਕੀ ਮੋਟਰਸਾਈਕਲ ਮੈਨੂੰ ਲੱਗਦਾ 3 ਦਿੱਤੇ, 2 ਮੋਟਰਸਾਈਕਲ ਬਾਈ ਜੀ ਨੇ ਐਤਕੀ 2017 ਦੇ ਵਿੱਚ ਦਿੱਤੇ ਹੈ। ਕਿਹੜੇ ਕਿਹੜੇ ਪਿੰਡ 'ਤੇ ਕਿੱਥੇ ਜਿੱਤੇ ਬਾਈ ਜੀ ਮੋਟਰਸਾਈਕਲ? ਇੱਕ ਤਾਂ ਮੈਂ ਉਹਦੇ ਘਰੋਂ ਜਿੱਤਿਆ ਮੋਟਰਸਾਈਕਲ, ਇੱਕ ਮੁੰਡਾ ਆਪਣਾ ਚੇਲਾ ਹੀ ਆ ਆਪਣਾ ਕਰਤਾਰ, ਆਪਣਾ ਕਰਤਾਰਪੁਰ ਤੋਂ ਜੀ, ਇੱਕ ਉਹਨਾਂ ਨੇ ਜਿੱਤੇ। ਘਰੋਂ ਬਾਜੀ ਕਹਿਰ ਦੀ ਸੀ ਜਾਂ ਦੁਸਰ ਦੀ ਸੀ? ਕਹਿਰ ਦੀਆਂ ਬਾਜੀ, ਕਹਿਰ ਦੀਆਂ ਬਾਜੀਆਂ ਜਿੱਤੀਆਂ। ਸੋ ਇਹ ਬਾਈ ਜੀ ਤਲਵਿੰਦਰ ਚੌਂਕੀ ਮਾਨਾ ਤੋਂ, ਵੈਸੇ ਸਾਰੇ ਖਿਡਾਰੀ ਵੀਰ ਇਹਨਾਂ ਨੂੰ ਵੀ ਜਾਣਦੇ ਆ। ਸੋ ਬਹੁਤ ਵਧੀਆ ਲੱਗਿਆ ਅੱਜ ਬਾਈ ਜੀ ਦੇ ਘਰ ਸੀਗੇ, ਇਹਨਾਂ ਨਾਲ ਵੀ ਗੱਲਬਾਤ ਕਰਕੇ। ਇੱਕ ਉੱਚੋ ਕਲੱਬ ਬਣਿਆ ਸੀ ਸਟਾਰਟਿੰਗ ਦੇ ਵਿੱਚ ਜਿਹਦਾ ਮੁੱਢ 5000 ਰੁਪਇਆ ਰੱਖਿਆ ਗਿਆ ਸੀ। ਸੁਣਿਆ ਜਾਂਦਾ ਹੈ ਕਿ ਉਹ ਜਿਹੜੀ ਪਹਿਲੀ ਬਾਜੀ ਆ ਵੱਡੀ ਤੁਸੀਂ ਜਿੱਤੀ ਸੀ, ਇਹ ਸੱਚ ਹੈ ਜੀ? ਕਿੰਨੇ ਕਬੂਤਰ ਹੋਏ ਸੀ ਉੱਥੋਂ ਅਤੇ ਉਹਦੀ ਹਿਸਟਰੀ ਸਾਨੂੰ ਥੋੜ੍ਹੀ ਜਿਹੀ ਦੱਸੋ? 98 ਕਬੂਤਰ ਸੀਗੇ, 5000 'ਚ 98 ਕਬੂਤਰ ਹੋ ਗਏ।
ਆਪਾਂ ਕਿੰਨੇ ਕਬੂਤਰ ਛੱਡੇ ਸੀ ਉਸ ਬਾਜੀ? ਆਪਾਂ ਦੋ ਛੱਡੇ, ਦੋ ਕਬੂਤਰ ਛੱਡੇ। ਦੱਸੋ ਉਹਦੇ ਬਾਰੇ ਕਿਵੇਂ ਰਹੀ ਉਹ ਬਾਜੀ ਤੁਹਾਡੀ? ਵਧੀਆ, ਉੱਥੇ ਤਿੰਨ ਚਾਰ ਬਾਜੀ ਦਾ ਅਸੀਂ ਵੱਢ ਲਈ ਸੀ, ਆਪਣੇ ਉੱਡੇ ਆਪਣੇ ਵਾਲੇ ਵਧੀਆ ਕਬੂਤਰ ਤੁਹਾਨੂੰ, ਦੋਨੇ ਕਬੂਤਰ ਤੁਹਾਡੇ ਵੱਧ ਉੱਡੇ। ਹਾਂਜੀ, ਅਤੇ ਹੋਰ ਵੀ ਬਾਜੀਆਂ ਦਾ ਵਧੀਆ ਹੋਇਆ ਕੇਰਾ, ਇੱਥੇ ਹੋਏ 97-98 ਕਬੂਤਰ, ਇੱਥੇ ਹੋਏ ਸੀਗੇ 92 ਸੀਗੇ ਨਹੀਂ, ਲੀਲਾਂ 25-25 ਸੌ 'ਚ ਉੱਦੇ ਲਾਸਟ ਬਾਜੀ ਛੱਡੀ ਸੀ ATM ATM। ਹਾਂ, ਉੱਦੇ ਸਾਰੀ ਦੁਨੀਆ ਹੀ ਸੀ ਇੱਥੇ, ਵੀ ਪਹਿਲਾਂ ਐਂਟਰੀਆਂ ਜਿਹਾ ਹੋ ਗਿਆ ਸੀਗੀਆਂ, ਇਹ ਬਾਜੀ ਖੁੱਲ੍ਹੀ ਸੀਗੀ, ਹਾੜ੍ਹ ਦੀ ਸੰਗਰਾਂਦ ਦੀ ਸੀਗੀ ਬਾਜੀ, ਬਹੁਤ ਗਰਮੀ ਦਿੰਦੇ, ਅਤੇ ਉੱਦੇ ਆਪਣੇ ਦੋਨੇ ਇਕੱਲੇ ਹੀ ਰਹਿ ਗਏ ਸੀ ਉੱਥੇ ਵੀ, ਦੋਨੇ ਇਕੱਲੇ। ਹਾਂ, ਜਿਹੜੇ ਤੁਸੀਂ ਪੁੱਛੋ ਕਬੂਤਰ ਗੱਲ ਕਰਦੇ ਹੋ, ਦੋ ਰਹਿ ਗਏ ਸੀ, ਉਹ ਕਿਹੜੀ ਨਸਲ ਸੀ ਤੁਹਾਡੀ? ਉਹ ਜਿਹੜਾ ਕਬੂਤਰ ਲੰਬ ਵਾਲੀ ਛੱਡਿਆ ਸੀ, ਇੱਕ ਤਾਂ ਇਹਦੇ ਭਾਈ ਦਾ ਬੱਲੇ, ਇੱਕ ATM ਦਾ ਭਾਈ, ATM ਦਾ ਭਾਈ ਸੀ। ਹਾਂ, ਉਹ ਵੀ ਬਹੁਤ ਵਾਰੀਆਂ, ਬਹੁਤ ਵਾਰੀਆਂ ਜਿੱਤਿਆ, ਉਹ 7-8 ਵਾਰੀਆਂ ਜਿੱਤ ਗਿਆ ਸੀ ਉਹ। ATM ਤੋਂ ਇਲਾਵਾ ਹੋਰ ਕਿਹੜੀਆਂ ਨਸਲਾਂ ਤੁਹਾਡੇ ਕੋਲ ਜਿਹੜੀਆਂ ਤੁਹਾਨੂੰ ਬਹੁਤ ਵਧੀਆ ਲੱਗਦੀਆਂ, ਬਹੁਤ ਵਧੀਆ ਬਾਜੀਆਂ 'ਚ ਉਹਨਾਂ ਦਾ ਯੋਗਦਾਨ ਰਿਹਾ? ਇਹੀ ਕਬੂਤਰ ਸਾਰੇ ਹੈ ਤਾਂ ਇੱਕੋ ਹੀ ਆ ATM 'ਚ, ਸਾਰੇ ਜਿਹੜੇ ਏਟੀਐਮ ਦੇ ਮਾਂ ਪਿਓ ਮਾਂ ਪਿਓ ਦਾਦਾ ਕਬੂਤਰ ਸਾਰੇ ਹੀ ਉਹ ਆ ਜੀ। 187 ਅਤੇ ਜਿੱਦਾਂ ਉਹਦਾ ਗਾਹਾਂ ਜਿਹੜੀ ਬਰਮਪੁਰ 187 ਦਿੱਤੇ ਸੀਗੇ ਆਪਣੇ ਜੀ, ਉਹ ਕਬੂਤਰ ਅਸੀਂ ਗਾਹਾਂ ਤੀਜੇ ਥਾਂ 'ਚ ਦਾ ATM ਦੇ ਜਾਣੀ ਤੀਜੇ ਥਾਂ ਸੀ ਉਹ, ਉਹਦੀ ਪੱਠੀ ਦਾ ਸੀਗਾ ਹਾਂ। ਜਾਨੀ ਕਬੂਤਰੇ ਸਾਰੇ ਹੀ ਉਹ ਆ ਜਾਂਦੇ ਵਿੱਚ, ਇਹਨਾਂ ਦੇ ਵਿੱਚੋਂ ਹੈ ਤਕਰੀਬਨ ਜਿਹੜਾ ਕਿਤੋਂ ਲਿਆਈ ਦਾ ਵੀ ਆ, ਇਹਨਾਂ 'ਚ ਹੀ ਮੇਲ ਨਾ ਮਿਲਿਆ, ਮਤਲਬ ਇਹਨਾਂ 'ਚ ਆ ਕੇ ਬਰੀਡ ਤੁਸੀਂ ਆਪਦੀ ਮਿਕਸ ਕਰਦੇ? ਹਾਂ, ਜਦੋਂ ਜੇ ਕਿਤੋਂ ਵੀ ਲਿਆਉਂਦਾ ਕਬੂਤਰ ਆਪਾਂ ਲੈ ਦੇ ਇੱਕ ਹਾਂਜੀ, ਫਿਰ ਆਪਦਾ ਦੇਖਣਾ ਵੀ ਆਪਣੇ ਆਹ ਕਬੂਤਰ ਇਹੋ ਜਿਹਾ ਵੀ ਜਾਂਦੇ ਨੀ, ਕਿ ਜਿਵੇਂ ਗੜਬੜ ਵਾਲਾ ਕਬੂਤਰ ਆ ਉਹ ਮਿਲਦੇ। ਕਿਹੜੇ ਕਿਹੜੇ ਮਤਲਬ ਅੱਜ ਖਿਡਾਰੀ ਹੈ ਇੱਥੋਂ ਆਪਣੇ ਲੁਧਿਆਣੇ ਦੇ ਜਾਂ ਆਸੇ ਪਾਸੇ ਜਿਹੜੇ ਤੁਹਾਡੇ ਬਹੁਤ ਵਧੀਆ ਫਰੈਂਡ ਹੈ, ਕਬੂਤਰਾਂ ਦੀ ਲੈਣ ਦੇਣ ਕਰਦੇ? ਇੱਕ ਸਵਾਲ ਤੁਹਾਨੂੰ ਪੁੱਛਦੇ ਹਾਂ, ਜਿਹੜੀ ਪਿਛਲੇ ਸਾਲ ਫੋੜ ਵਾਲੀ ਬਾਜੀ ਤੁਹਾਡੀ ਹੋਈ ਸੀ, ਤੁਹਾਡਾ ਸ਼ਾਇਦ ਸੈਕਿੰਡ ਕਬੂਤਰ ਰਹਿ ਗਿਆ ਸੀ ਉੱਥੇ, ਸਹੀ? ਅਤੇ ਕਾਫੀ ਸਾਡੇ ਵੱਲ ਚਰਚਾ ਹੋਇਆ ਕਿ ਜਿਹੜੀ ਉਹ ਬਾਜੀ ਆ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀਗੀ, ਜਿਹੜੀ ਹੈ ਟਰੈਕਟਰ ਵੀ ਕੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਸੀ? ਸਾਂਝੀ ਹੋਈ ਸਾਰਿਆਂ ਦੀ ਉੱਥੇ, ਸਾਰੇ ਬੰਦੇ ਦੇ ਸਾਹਮਣੇ ਹੋਈ ਸੀਗੀ ਜੀ, ਉਹਨਾਂ ਦੇ ਨਾਲ ਸਾਨੂੰ ਜਿੰਨੇ ਵੀ ਇੱਧਰ ਸਾਡੇ ਮਤਲਬ ਮਲੋਟ ਮੁਕਤਸਰ ਏਰੀਏ ਦੇ ਬੰਦੇ ਆ, ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜਾ ਟਰੈਕਟਰ ਸੀ ਬਾਈ ਜੀ ਗੁਲਜ਼ਾਰ ਨਾਲ ਉਹ ਵੀ ਵੰਡਿਆ ਸੀ, ਵੰਡਿਆ ਹੋਇਆ ਸੀ, ਵਾਕਈ ਸਹੀ ਗੱਲ ਹੈ ਜੀ? ਤੇ ਵੀ ਜਿਹੜੀ ਕਾਪੀ ਉਹ ਸੀ, ਸੁਣਦੇ ਆ ਵੀ ਕਾਕਾ ਗੁਣਾ ਚੌਰ ਦੇ ਕੋਲੇ, ਹਾਂ ਉਹ ਤਾਂ ਕੋਲੇ ਖੜ ਕੇ ਉਹ ਕਹਿੰਦੇ ਸੀ ਪੈਰ ਲਵਾਵਾਂਗੇ, ਪੈਰ ਲਵਾਵਾਂਗੇ, ਹਾਂ ਚੱਲ ਚੱਲੀ ਜਾਂ ਦੋਨੇ ਇੱਕੋ ਜਿੱਕੇ ਸੀ ਪੁੱਤਰ ਜੀ, ਦੋਨੇ ਇੱਕੋ ਜਿੱਕੇ ਸੀ, ਮੈਨੂੰ ਕੁੜੀ ਕਹਿੰਦਾ ਤੂੰ ਕਟਵਾ ਦੇ ਛੱਡੀ ਜਵਾ ਲਾਂ ਜੀ, ਪੁੱਤਰ ਗਾਂ ਵੱਧ ਕੇ ਗਿਆ ਹੋਇਆ ਸੀ ਆਪਣਾ, ਅਤੇ ਮੈਂ ਕਿਹਾ ਚੱਲ ਕਟਵਾ ਦਿੰਦਾ ਮੈਂ, ਕਰ ਦੂ ਮੈਂ ਤਾਂ ਬਹਿੰਦਾ ਵੀ ਨਹੀਂ ਦੇਖਿਆ ਨਾ ਕਰਦਾ, ਮੈਂ ਥੱਲੇ ਉੱਤਰ ਗਿਆ, ਮੁੜ ਕੇ ਆ ਕੇ ਕਹਿੰਦਾ ਮੈਂ ਆਪਾਂ ਤਾਂ ਵੰਡਿਆ ਨਹੀਂ ਸੀ, ਮੈਂ ਕਿਹਾ ਤਾਂ ਨਹੀਂ ਵੰਡੇ 'ਚ ਨਾ ਸੀ, ਲੋ ਬਾਹਲਾ ਗਾਲਾਂ ਕੱਢਦੇ ਉੱਥੇ ਲੋਕ, ਮੈਂ ਕਿਹਾ ਛੱਡ ਯਾਰ ਜਿਹੜਾ ਕੁਛ ਹੋ ਗਿਆ ਹਵਾ ਕੇ ਕੁਛ ਨਹੀਂ ਹੁੰਦਾ ਨਾ, ਵੀ ਜੇ ਹੁਣ ਲੜਾਂਗੇ ਬਾਜੀ ਖਰਾਬ ਹੋਊਗੀ ਤਾਂ ਵੀ ਕਰਾਂਗੇ, ਵੀ ਤੂੰ ਚੰਗਾ ਭਰਾਵਾ ਵੀ ਗਾਂ ਨੂੰ ਨਾ ਵੰਡਾਂਗੇ, ਸਿੱਧੀ ਗੱਲ। ਤੁਹਾਡੀ ਜਿਹੜੀ ਉਦੋਂ ਗੱਲਬਾਤ ਹੋਈ ਸੀ ਵੰਡਣ ਵੰਡਾਈ ਵਾਲੀ, ਕੀ ਤੁਸੀਂ ਕੋਈ ਕਾਪੀ ਵਾਲੇ ਨੂੰ ਜਾਂ ਆਪਸ 'ਚ ਕੀਤੀ ਸੀ ਜਾਂ ਕਾਪੀ ਵਾਲੇ ਨੂੰ ਨੋਟ ਕਰਵਾ ਤਾ? ਕਾਪੀ ਵਾਲੇ ਨੂੰ ਪਤਾ ਸੀ, ਕਾਪੀ ਵਾਲੇ ਉੱਤੇ ਖੜੇ ਸੀ ਜੀ, ਉਹ ਸਾਨੂੰ ਕਹਿੰਦੇ ਸੀ ਪਹਿਲਾਂ ਪੈਰ ਲਵਾਵਾਂਗੇ, ਪੈਰ ਲਵਾਵਾਂ, ਹਾਂ ਮੈਂ ਕਿਹਾ ਚੱਲ ਲਵਾ ਲਿਓ ਪੈਰ, ਸਿੱਧੀ ਗੱਲ, ਅਤੇ ਚੱਲ ਮੁੜ ਕੇ ਉਹੀ ਉਹੀ ਕਹਿੰਦੇ ਵੀ ਮੈਂ ਆਪਾਂ ਯਾਰ ਮੈਨੂੰ ਟਰੈਕਟਰ ਲੈ ਦੇ ਵੀ ਆਪਾਂ ਤਾਂ ਫਿਰ ਨਹੀਂ ਕਹਿਣਾ ਸੀ ਬਸ ਯਾਰ, ਕਿਹਦੀ ਗੱਲ ਸੀ, ਅਤੇ ਚਲੋ ਮੁੜ ਕੇ ਮੈਨੂੰ ਕਹਿੰਦਾ ਕਿੰਨੇ ਪੈਸੇ ਲੈਣੇ, ਮੈਂ ਕਿਹਾ ਇਹ ਪੈਸੇ ਵਾਲਾ ਕੀ ਚੱਕਰ, ਮੈਨੂੰ ਕਹਿੰਦਾ ਮੈਂ ਏਡੀ ਦੂਰੋਂ ਆਇਆ ਵਾ, ਮੈਂ ਯਾਰ ਦੂਰੋਂ ਆਇਆ ਬੰਦਾ, ਇਹਨੂੰ ਬੈਠੇ ਨੂੰ 50,000 ਰੁਪਇਆ ਇੱਥੋਂ, ਕਈ ਵਾਰੀਆਂ ਤਾਂ ਆਪਾਂ ਕਈ ਦੇ ਜਾਂਦੇ, ਜਿੰਨੇ ਵੀ ਹੋਰ ਸਾਡੇ ਗਰੁੱਪ 'ਚ ਤੁਸੀਂ ਵੀ ਸੁਣਦੇ ਹੋਵੋਗੇ ਸ਼ਾਇਦ, ਗਰੁੱਪਾਂ ਦੇ ਵਿੱਚ ਆਇਆ ਕਿ ਉਹ ਜਿਹੜੀ ਬਾਜੀ ਹੈ ਬਾਈ ਗੁਲਜ਼ਾਰ ਨਾਲ ਵੰਡੀ ਗਈ, ਸੋ ਅੱਜ ਦੱਸ ਦਈਏ ਜੀ ਉਹ ਕਿਹੜਾ ਪਿੰਡ ਸੀ ਆਪਣਾ ਜਿੱਥੇ ਬਾਜੀ ਦੀ।
ਖਾਨ ਖਾਨ ਵਾਲੀ ਜਿਹੜੀ ਬਾਜੀ ਹੈ ਜੀ, ਬਾਈ ਜੀ ਦਾ ਕਹਿਣਾ ਹੈ ਕਿ ਉਹ ਬਾਜੀ ਜਿਹੜੀ ਟਰੈਕਟਰ ਵਾਲੀ ਹੈ ਮੇਰੇ ਨਾਲ ਵੱਢੀ ਗਈ ਸੀ। ਕਾਪੀ ਵਾਲੇ ਨੂੰ ਵੀ ਪਤਾ ਸੀ ਬਾਈ ਜੀ ਦੇ ਖੁਦ ਜ਼ਬਾਨੀ ਦੱਸਣ ਦੇ, ਲੇਕਿਨ ਉਹ ਬਾਜੀ ਹੈ ਜਿਹੜੀ ਵੀ ਸ਼ਾਮ ਨੂੰ ਮੁੱਕਰ ਗਿਆ, ਜੋ ਵੀ ਉਹਦਾ ਪਾਰਟਨਰ ਸੀਗਾ ਜਿੰਨੇ ਬਾਜੀ ਉੱਥੇ ਚਾਰ ਜਣਿਆਂ ਨੇ ਵੰਡੀ ਹੈ ਜਾਂ ਪੰਜਾਂ ਨੇ, ਮੈਨੂੰ ਪੂਰੀ ਗੱਲ ਦੀ ਤਸਦੀਕ ਨਹੀਂ ਹੈ, ਪਰ ਬਾਈ ਜੀ ਦਾ ਕਹਿਣਾ ਕਿ ਉਹ ਬਾਜੀ ਦਾ ਹਿੱਸਾ ਮੇਰਾ ਬਣਦਾ ਸੀ ਜੋ ਮੈਨੂੰ ਨਹੀਂ ਮਿਲਿਆ। ਇਵੇਂ ਹੈ ਨਾ ਜੀ? ਸਹੀ ਹੈ। ਹੋਰ ਦੱਸੀਏ ਜੀ, ਜਦੋਂ ਖਾਨ ਖਾਨੇ ਬਾਜੀ ਉੱਡੀ ਸੀ ਤਾਂ ਬਾਈ ਕਾਕਾ ਗੁਣਾ ਚੌਰ, ਬਾਈ ਕਾਕਾ ਗੁਣਾ ਚੌਰ ਜੀ ਨੇ ਚਾਪ ਦੇ ਨਾਲ ਇੱਕ ਬਾਈ ਕੱਦੂ, ਕੱਦੂ ਕਿੱਥੋਂ ਸੀ? ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ ਬਾਈ ਜੀ ਕੱਦੂ, ਉਹ ਵੀ ਨਾਲ ਸੀਗੇ, ਅਤੇ ਬਾਈ ਜੀ ਦਾ ਸਨਮਾਨ ਕੀਤਾ ਸੀ ਇੱਕ ਛਾਪ ਨਾਲ। ਸੋ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਕਿ ਬਾਈ ਨੂੰ ਸਨਮਾਨ ਉਹਨਾਂ ਨੇ ਇੱਜ਼ਤ ਮਾਣ ਬਖਸ਼ਿਆ ਜੀ ਖਾਨ ਖਾਨਾ। ਸੋ ਥੈਂਕ ਯੂ ਕਰਦੇ ਜੀ ਬਾਈ ਜੀ ਉਹਨਾਂ ਦਾ ਬਹੁਤ ਬਹੁਤ। ਬਾਈ ਜੀ ਤੁਸੀਂ ਸ਼ੌਕ ਬਹੁਤ ਕੀਤਾ, ਬਹੁਤ ਵੱਡਾ ਨਾਮ ਬਣ ਗਿਆ ਤੁਹਾਡਾ। ਹਰ ਇੱਕ ਖਿਡਾਰੀ ਵੀਰ, ਛੋਟਾ ਬੱਚਾ, ਬਜ਼ੁਰਗ ਲਾ ਲਓ, ਗੁਲਜ਼ਾਰ ਸਿੱਧਵਾਂ ਇਹੋ ਜਿਹਾ ਨਾਮ ਬਣ ਗਿਆ ਕਿ ਮੈਨੂੰ ਲੱਗਦਾ ਵੀ ਬੱਚਾ ਬੱਚਾ ਜਾਣਦਾ। ਤੁਹਾਡੇ ਅੱਗੇ ਜਿਵੇਂ ਪਰੰਪਰਾ ਚੱਲਦੀ ਹੈ ਖਾਨਦਾਨੀ, ਕੋਈ ਤੁਹਾਡੇ ਬੇਟੇ ਆ ਜਿਹੜੇ, ਕੋਈ ਉਹਨਾਂ ਨੂੰ ਸ਼ੌਕ ਹੈ? ਹਾਂ, ਵੱਡੇ ਮੁੰਡੇ ਨੂੰ ਬਹੁਤ ਸ਼ੌਕ। ਵੱਡੇ ਬੇਟੇ ਸ਼ਾਇਦ ਮੈਨੂੰ ਲੱਗਦਾ ਕੋਲੇ ਹੀ ਬੈਠੇ ਤੁਹਾਡੇ ਬੇਟੇ। ਆਓ ਭਤੀਜੇ ਇੱਥੇ ਆਓ ਇੱਕ ਮਿੰਟ। ਅਤੇ ਇਹ ਬਾਈ ਜੀ ਗੁਲਜ਼ਾਰ ਦੇ ਵੱਡੇ ਬੇਟੇ ਹੈ ਜੀ, ਕੀ ਨਾਂ ਹੈ ਜੀ ਆਪਣਾ? ਸ਼ੌਕ ਅਲੀ ਬਾਈ ਜੀ ਦਾ ਨਾਂ ਹੈ, ਸ਼ੌਕ ਅਲੀ। ਅਤੇ ਤੁਹਾਨੂੰ ਸ਼ੌਕ ਆਪਦੇ ਪਾਪਾ ਤੋਂ ਲੱਗਿਆ ਜਾਂ ਕਿਤੇ ਹੋਰ ਕਬੂਤਰ? ਕਿਉਂ ਪਾਪੇ ਦਾ, ਪਾਪਾ ਦਾ ਜਿਹੜਾ ਕਬੂਤਰਾਂ ਤੋਂ ਬੜੀ ਨਫ਼ਰਤ ਕਰਦਾ ਸੀ, ਅਤੇ ਤੁਹਾਨੂੰ ਨਹੀਂ ਰੋਕਿਆ ਕਦੇ? ਪਹਿਲਾਂ ਰੋਕਦੇ ਆਉਂ, ਪਹਿਲਾਂ ਰੋਕਦੇ ਸੀ। ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਪਲੱਸ 1 'ਚ ਪੜ੍ਹਦਾ ਜੀ। ਨਾਲ ਮੁੰਡਾ ਜਿਹੜਾ ਭਤੀਜਾ ਆਪਣਾ ਸ਼ੌਕ ਤਲੀ, ਸ਼ੌਕ ਵੀ ਪੂਰਾ ਕਰਦਾ। ਅਤੇ ਬਾਜੀਆਂ 'ਤੇ ਜਾਂਦੇ ਹੁੰਦੇ ਹਾਂ? ਕਿੱਥੇ ਕਿੱਥੇ ਗਏ ਬਾਜੀਆਂ 'ਤੇ? ਸਾਰੀਆਂ ਬਾਜੀ ਦੇ ਨੱਥੂ ਵਾਲੇ ਗਏ, ਖਾਨ ਖਾਨੇ ਵੀ ਗਏ, ਸਾਰੇ ਗਏ। ਜਦੋਂ ਤੁਹਾਡੇ ਪਾਪਾ ਬਾਜੀ 'ਤੇ ਚਲੇ ਜਾਂਦੇ ਆ, ਮਗਰੋਂ ਜਿਹੜੇ ਬਦਾਮ ਪਾਉਣੇ ਆ, ਕਬੂਤਰਾਂ ਦੀ ਦੇਖਭਾਲ ਪੂਰੀ ਕਰ ਲੈਂਦੇ ਹੋ? ਹਾਂਜੀ, ਇੱਕ ਨਾਲ ਚਾਚਾ ਹੁੰਦਾ ਮੇਰੀ। ਤੁਹਾਡੇ ਚਾਚਾ ਜੀ ਵੀ ਨਾਲ ਹੁੰਦੇ ਆ ਭੋਲਾ ਨਾਲ? ਹਾਂਜੀ। ਅਤੇ ਚਲੋ ਭੋਲਾ ਜੀ ਨੂੰ ਵੀ ਮਿਲਾਵਾਂਗੇ। ਅਤੇ ਬਹੁਤ ਖੁਸ਼ੀ ਹੋਈ ਕਿ ਸਾਡਾ ਜਿਹੜਾ ਭਤੀਜਾ ਉਹਨੂੰ ਵੀ ਬਹੁਤ ਸ਼ੌਕ ਹੈ, ਜਿਹੜੀ ਪਰੰਪਰਾ ਹੈ ਸੰਭਾਲੀ ਜਾਂਦੇ ਆ। ਇਹਨਾਂ ਨੂੰ ਤਾਂ ਬੜੀਆਂ ਦਿੱਕਤਾਂ ਆਈਆਂ ਹੋਣਗੀਆਂ, ਕਿਉਂ ਇਹਨਾਂ ਦਾ ਕੋਈ ਗੁਰੂ ਨਹੀਂ ਸੀ? ਅਤੇ ਤੁਹਾਨੂੰ ਕੋਈ ਉਹੋ ਜਿਹੀ ਪ੍ਰੋਬਲਮ? ਹੁਣ ਪਾਪਾ ਦੱਸ ਦਿੰਦੇ ਹੋਣੇ ਵੀ ਐਂ ਨਲਕੀ ਇੰਨਾ ਕੁ ਪਾਣੀ ਦੇਣਾ, ਇੰਨਾ ਕੁ ਗੁੜ ਦੇਣਾ, ਅਤੇ ਆਪਣਾ ਦਿਨ ਮਾਰੂਗਾ? ਹਾਂਜੀ, ਹੈ ਜੀ, ਸਾਰਾ ਕੁਝ ਦੱਸ ਦਿੰਦੇ। ਠੀਕ ਹੈ, ਠੀਕ ਹੈ। ਅਤੇ ਕਿਉਂ ਬਾਈ ਜੀ ਦੇ ਜਿਹੜੇ ਚੇਲੇ ਉਹ ਸਿੱਖ ਗਏ, ਤੁਸੀਂ ਤਾਂ ਉਹਨਾਂ ਦੇ ਜਿਵੇਂ ਕਹਿੰਦੇ ਹੋ ਖਾਨਦਾਨੀ ਚਿਰਾਗ ਹੋ? ਆਪਾਂ ਸਾਂਭ ਕੇ ਜਾਈ, ਪਾਪਾ ਸਾਂਭੂਗਾ। ਅੱਛਾ, ਸਾਂਭਦੇ ਨਹੀਂ ਤੁਸੀਂ? ਸਾਂਭੂਗਾ ਪਾਪਾ, ਆਪਾਂ ਤਾਂ ਸਵੇਰੇ ਜਾਣਾ ਜੀ, ਮਤਲਬ ਕਾਰ 'ਚ ਬੈਠੇ ਅਤੇ ਕਬੂਤਰ ਲੈ ਗਏ। ਲੈ ਗਏ, ਠੀਕ ਹੈ, ਠੀਕ ਹੈ। ਵੇਖ ਲਓ ਜੀ, ਇੰਨਾ ਵਧੀਆ ਮਤਲਬ ਪਿਤਾ ਹਰ ਕਿਸੇ ਨੂੰ ਮਿਲੇ ਕਿ ਕਬੂਤਰ ਸਾਂਭ ਕੇ ਦੇ ਦੇਣਾ ਅਤੇ ਸਵੇਰੇ ਬੇਟੇ ਨੇ ਜਾ ਕੇ ਛੱਡ ਦੇਣਾ। ਕਿੰਨੀਆਂ ਕੁ ਬਾਜੀਆਂ ਜਿਹੜੀਆਂ ਤੁਸੀਂ ਛੱਡੀਆਂ ਅਤੇ ਜਿੱਤੇ ਉਹਨਾਂ 'ਚ? ਅਤੇ ਜੀਪ ਵਾਲੀ ਬਾਈ ਛੱਡੀ, ਨੱਥੂ ਵਾਲੀ ਜੀ 2 ਸਾਲ ਛੱਡਾਈ ਕਬੂਤਰ ਜੀ, ਖੇੜਾ ਰਵੀ ਅੱਛਾ ਨਾਲ ਗਈ ਬਾਜੀ, ਅਤੇ ਘੋਲੀ ਦੁਸਰ ਜਿੱਤੀ ਉਹਦੇ ਨਾਲ ਜੀ, ਅਤੇ ਜੀਪ 'ਤੇ ਛੱਡਿਆ ਦੁਸਰ ਹੀ ਉੱਥੇ ਜਿੱਤੇ ਗਾ ਜੀ, ਅਤੇ ਫਿਰ ਐਤੀਆਂ ਨੇ ਛੱਡਿਆ ਬਾਜੀ 'ਤੇ ਉਹੀ ਜੀ, ਫਿਰ ਛੱਡਿਆ ਉੱਥੇ, ਫਿਰ ਬੰਦ ਕਰ ਲਏ ਕਬੂਤਰ, ਉੱਥੇ ਮੋਟਰਸਾਈਕਲ ਜਿੱਤੇ ਸੀਗੇ। ਕਈ ਬਾਈਆਂ ਛੱਡੇ ਕਬੂਤਰ, ਖਾਣ ਖਾਨੇ ਵਾਲਾ ਵੀ 3 ਸਾਲ ਛੱਡਤਾ ਸੀਗਾ ਜੀ, ਐਤਕੀ 2 ਬਾਈਆਂ ਜਿੱਤੇ ਸੀ, ਐਤਕੀ ਉਹ 3ਜੀ ਬਾਜੀ ਉੱਥੋਂ ਚੱਕ ਲਏ ਗਏ ਨੇ। ਠੀਕ ਹੈ ਜੀ, ਇਹ ਹੈ ਬਾਈ ਜੀ ਦੇ ਵੱਡੇ ਬੇਟੇ ਸ਼ੌਕ ਤਲੀ। ਸੋ ਦੇਖ ਲਓ ਜੀ ਮੁੰਡੇ ਦਾ ਚਿਹਰਾ, ਜਿਵੇਂ ਬਾਈ ਜੀ ਦਾ ਗੁਲਜ਼ਾਰ ਦਾ ਨਾਂ ਹੈ, ਆਉਣ ਵਾਲੇ ਸਮੇਂ 'ਚ ਸ਼ੌਕ ਅਲੀ। ਅਤੇ ਹੋਰ ਮੁਲਾਕਾਤ, ਹਾਂਜੀ, ਕੁਛ ਕਹਿਣਾ ਚਾਹੁੰਦੇ ਆ ਜੀ? ਚਾਚਾ ਜੀ, ਇੱਕ ਤੁਹਾਡੇ ਚਾਚਾ ਜੀ ਇੱਧਰ, ਥੋੜ੍ਹਾ ਜਿਹਾ ਕੈਮਰਾ ਮੈਨ ਨੂੰ ਕਹਾਂਗੇ ਘੁਮਾਓ। ਇਹ ਬਾਈ ਜੀ ਗੁਲਜ਼ਾਰ ਦੇ ਆਪਣੇ ਤੁਹਾਡੇ ਬ੍ਰਦਰ ਹੈ ਜੀ? ਹਾਂ, ਚਾਚੇ ਦਾ ਮੁੰਡਾ, ਚਾਚੇ ਦਾ ਬੇਟਾ ਜੀ ਇਹਨਾਂ ਦੇ ਬਾਈ ਜੀ ਗੁਲਜ਼ਾਰ। ਕੀ ਨਾਂ ਜੀ ਆਪਣਾ? ਭੋਲਾ ਸਿੰਘ ਜੀ, ਭੋਲਾ ਅਲੀ, ਭੋਲਾ ਅਲੀ ਨਾਂ ਹੈ ਜੀ ਇਹਨਾਂ ਦਾ। ਤੁਸੀਂ ਵੀ ਇਹਨਾਂ ਦਾ ਪੂਰਾ ਸਹਿਯੋਗ ਦਿੰਦੇ ਹੋ ਕਬੂਤਰਬਾਜੀ 'ਚ, ਜਦੋਂ ਇਹ ਕਬੂਤਰ ਡਾਉਂਦੇ ਆ ਜਾਂ ਘਰੇ ਸਮਝਦੇ ਹੋ ਜਾਂ ਬਾਜੀਆਂ ਜਾਂਦੇ ਹੋ? ਘਰੇ ਜਾਂਦੇ। ਠੀਕ ਆ, ਤੁਹਾਡਾ ਜ਼ਿਕਰ ਕੀਤਾ ਸੀ ਆਪਣੇ ਭਤੀਜ ਸ਼ੌਕ ਅਲੀ ਨੇ, ਉਹ ਮੇਰਾ ਪੂਰਾ ਸਾਥ ਦਿੰਦੇ ਆ। ਸੋ ਚਲੋ ਜੀ, ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ। ਅਤੇ ਹੁਣ ਬਾਈ ਜੀ ਦੇ ਤੁਹਾਨੂੰ ਦਿਖਾਵਾਂਗੇ ਇੱਕ ਨਸਲ ਇਹਨਾਂ ਦਾ ATM ਜਾਂ ਹੋਰ ਵੀ ਜਿਹੜੇ ਮਸ਼ਹੂਰ ਹੋਏ ਆ ਕਬੂਤਰ, ਹੁਣ ਦਿਖਾਉਂਦੇ ਤੁਹਾਨੂੰ ਕਬੂਤਰ ਬਾਈ ਜੀ। ਹਾਂਜੀ ਬਾਈ, ਬਾਹਰ ਲਗਾਇਆ ਜੀ, ਨਾਲ ਹੀ ਜੋ
ਵੇਖ ਲਾ ਜ਼ੂਮ ਕਰਕੇ ਵਿੱਚ ਪੂਰਾ। ਲਓ ਜੀ ਇਹ ਬਾਈ ਗੁਲਜ਼ਾਰ ਦੇ ਐਤਕੀ ਦੇ ਪੱਠੇ ਜਿਨ੍ਹਾਂ ਨੂੰ ਧੁੱਪ ਲਵਾਉਣ ਵਾਸਤੇ ਜਾਲ ਦੇ ਵਿੱਚ ਪਾਇਆ ਹੋਇਆ ਬਾਈ ਜੀ ਨੇ। ਕਾਫੀ ਵੱਡੇ ਸਟਾਰ ਪਲੇਅਰ ਆ ਬਾਈ ਜੀ ਗੁਲਜ਼ਾਰ ਅਤੇ ਇਹ ਉਹਨਾਂ ਦੇ ਹੈ ਕਬੂਤਰ ਜੀ। ਥੋੜ੍ਹਾ ਜਿਹਾ ਇੱਧਰ ਦਿਖਾਇਓ ਕਰਕੇ ਉੱਪਰ ਕਰ ਲਓ ਕੈਮਰਾ ਉੱਪਰ ਕਰਕੇ ਲਓ ਜੀ ਜਿਹੜੇ ਬਾਈ ਜੀ ਦੇ ਏ ਟੀ ਐੱਮ ਮਸ਼ਹੂਰ ਹੋਏ ਸੀ ਉਹਨਾਂ ਦਾ ਸਕਾ ਭਾਈ ਹੈ ਜੀ ਏ ਟੀ ਐੱਮ ਦਾ। ਥੋੜ੍ਹਾ ਜਿਹਾ ਕਾਪੀ ਹੈ ਜੀ ਉਹਦੀ, ਅੱਖਾਂ ਇਹਨਾਂ ਦੀਆਂ ਖੱਟੀਆਂ ਜੀ ਅਤੇ ਕਾਲਾ ਚੀਨਾ ਜੀ। ਜ਼ਿਆਦਾ ਕਾਲੇ ਚੀਨੇ ਕੱਢਦੇ ਆ ਚਿੱਟੇ ਵੀ ਕੱਢ ਜਾਂਦੇ ਕੋਈ ਕਰੋ ਬਾਕੀ ਚਿੱਟੇ ਹੀ ਕੱਢਦੇ ਕੋਈ ਕੱਢਦੇ ਏਟੀਐਮ ਵੀ ਆਪ ਕਾਲੀ ਚੀਨੀ ਸੀ ਏਟੀਐਮ ਸੀਗਾ ਜੀ ਜਿਨ੍ਹਾਂ ਦੇ ਆ ਸ਼ੁਰੂ ਵਾਲੇ ਖੰਭ ਹੈ ਇਹ ਵੀ ਕਾਲੇ ਆ ਜੀ ਪੂਛ ਦੇ ਵਿੱਚ ਕਾਲੇ ਖੰਭ ਹੈ। ਇਹ ਬਾਈ ਜੀ ਦਾ ਏਟੀਐਮ ਜੋ ਮਸ਼ਹੂਰ ਹੋਇਆ ਸੀਗਾ ਇਹ ਉਹਨਾਂ 'ਚੋਂ ਅੱਜ ਜਿੰਨੀ ਵੀ ਨਸਲ ਆ ਬਾਈ ਜੀ ਕੋਲ ਉਹ ਇਹਨਾਂ 'ਚੋਂ ਹੀ ਆ। ਇੱਕ ਹੋਰ ਤੁਸੀਂ ਹੱਥ ਦੇ ਵਿੱਚ ਫੜਿਆ ਹੋਇਆ ਜੀ ਕਬੂਤਰ ਇਹਦੀ ਮਾਂ ਦਾ ਭਾਈ ਆ ਜੀ ਇਹ ਵੀ ਏਟੀਐਮ 'ਚੋਂ ਹੈ ਜੀ ਏਟੀਐਮ ਦਾ ਕਾਲੇ ਚੀਨੇ ਵੀ ਤੇ ਲਾਲ ਚੀਨੇ ਵੀ ਕੱਢ ਥੋੜਾ ਜਿਹਾ ਹੋਰ ਜ਼ੂਮ ਕਰਕੇ ਨੇੜੇ ਵਿਖਾਓ ਜੀ ਉਹ ਖੱਟੀ ਅੱਖ ਚ ਸੀਗੇ ਇਹ ਆ ਗਏ ਬਾਈ ਜੀ ਦੇ ਚਿੱਟੀ ਅੱਖ ਚ। ਕਾਫੀ ਲੰਬਾ ਖਾਨ ਖਾਨੇ ਜਿਹੜਾ ਕਬੂਤਰ ਬਾਈ ਜੀ ਦਾ ਫੋਟੋ ਲਈ ਬਾਜੀ ਤੇ ਛੁੱਟਿਆ ਸੀ ਇਹ ਉਹਦਾ ਭਾਈ ਹੈ ਜੀ ਉਹਦਾ ਪਿਓ ਹੈ ਜੀ ਇਹ ਕਬੂਤਰ ਉਸ ਕਬੂਤਰ ਦਾ ਪਿਓ ਹੈ। ਬਹੁਤ ਜ਼ਿਆਦਾ ਦੱਸ ਰਹੇ ਆ ਬਾਈ ਜੀ ਦੇ ਜਿਹੜੇ ਬੱਚੇ ਹੈ ਬਾਜੀਆਂ 'ਚ ਕਾਫੀ ਜਿੱਤੇ ਹੈ ਖਾਨਪੁਰਾ ਵੀ ਜਿੱਤੇ ਅਸੀਂ ਸੀ ਉਹ ਪਹਿਲਾਂ ਖਾਨਪੁਰਾ। ਹੋਰ ਵੀ ਜ਼ੂਮ ਕਰਕੇ ਆਪਣੇ ਜਿੰਨੇ ਵੀ ਵੀਰ ਦਿਖਾਓ ਜੀ ਇਹ ਨਸਲ ਬਾਈ ਜੀ ਗੁਲਜ਼ਾਰ ਦੀ ਬਹੁਤ ਮਸ਼ਹੂਰ ਨਸਲ ਹੈ ਕਾਫੀ ਬੱਚੇ ਉੱਡੇ ਆ ਜੀ ਇਸ ਕਬੂਤਰ ਦੇ। ਕੀ ਨਾਂ ਰੱਖਿਆ ਜੀ ਤੁਸੀਂ ਇਸ ਕਬੂਤਰ ਦਾ? ਗੁਲਜ਼ਾਰ ਦਾ ਨਾਂ ਬਣਿਆ ਸੀ ਦੇਖੋ ਜੀ ਲਾਲ ਸਰਾ ਕਬੂਤਰ ਹੁਣ ਵੀ ਬੱਚੇ ਕੱਢਦਾ ਜੀ ਇਹ ਹੁਣ ਵੀ ਬੱਚੇ ਕੱਢਦਾ ਠੀਕ ਹੈ ਜੀ ਠੀਕ ਹੈ ਜੀ। ਇੱਕ ਵੀਰ ਦੇਖੀ ਜਾਂਦੇ ਆ ਕਿ ਲਿਖਿਆ ਹੋਇਆ ਬਾਂਹ ਤੇ ਗੁਲਜ਼ਾਰ ਬਾਈ ਮਾੜਾ ਜਿਹਾ ਚਾਨਣਾ ਪਾਓ ਜੀ ਇਹ ਕੀ ਕਾਰਨ ਹੈ ਤੁਸੀਂ ਫੈਨ ਹੋ ਇਹਨਾਂ ਦੇ ਜਾਂ ਆਹ ਦਿਖਾਈਏ ਜੀ ਆਹ ਦੇਖੋ ਵੀਰ ਦੀ ਬਾਂਹ 'ਤੇ ਲਿਖਿਆ ਜੀ ਗੁਲਜ਼ਾਰ ਬਾਈ ਕੀ ਕਾਰਨ ਹੈ ਜੀ ਇਹ ਲਿਖਣ ਦਾ? ਫੈਨ ਹੋ ਤੁਸੀਂ ਇਹਨਾਂ ਦੇ ਬਹੁਤ ਵੱਡੇ ਫੈਨ ਹੈ ਜੀ ਆਹ ਦੇਖੋ ਗੁਲਜ਼ਾਰ ਬਾਈ ਜਿਨ੍ਹਾਂ ਨੇ ਨਾਂ ਲਿਖਿਆ ਉਹਨਾਂ ਦੇ ਕਬੂਤਰ ਆਉਂਦੇ ਆ ਜੀ ਤੋ ਬਹੁਤ ਵਧੀਆ ਲੱਗਿਆ ਜੀ ਸਾਡੇ ਬਾਈ ਜੀ ਨੂੰ ਬਹੁਤ ਵਧੀਆ ਲੱਗਿਆ ਹੋਊਗਾ ਵੇਖੋ ਜੀ ਕਬੱਡੀ ਵੀ ਖੇਡਦੇ ਜੀ ਇਹ ਫੈਨ ਸੀ ਕਬੱਡੀ ਦੇ ਵੀ ਅਤੇ ਉਹਨਾਂ ਦੀ ਕਬੂਤਰਬਾਜ਼ੀ ਦੇ ਵੀ ਤੋ ਬਹੁਤ ਵਧੀਆ ਜੀ ਅਤੇ ਆਓ ਹੋਰ ਵੀ ਨਸਲਾਂ ਬਾਈ ਜੀ ਦੀਆਂ ਵਿਖਾਉਂਦੇ ਆ ਤੁਹਾਨੂੰ ਅੰਦਰਲੇ ਖੁੰਡੇ ਦੇ ਵਿੱਚ। ਲਓ ਜੀ ਆਹ ਬਾਈ ਜੀ ਦੇ ਹੈ ਮੇਨ ਖੁੰਡੇ ਜਿਹਦੇ ਵਿੱਚ ਹੁਣ ਅਸੀਂ ਆ ਕੇ ਰੋਕੇ ਹੈ ਕਾਫੀ ਵੱਡਾ ਜਿਹੜਾ ਬਾਈ ਜੀ ਨੇ ਸ਼ੈੱਡ ਬਣਾਇਆ ਇਹ ਜਿਹੜੇ ਕਬੂਤਰ ਹੈ ਬਾਈ ਜੀ ਗੁਲਜ਼ਾਰ ਇਹ ਉੱਡਣ ਵਾਲੇ ਜਾਂ ਵੱਡੇ ਜੋੜੇ ਹੈ? ਇਹ ਵੱਡੀਆਂ ਕਬੂਤਰੀਆਂ ਇਹ ਵੱਡੀਆਂ ਕਬੂਤਰੀਆਂ ਜੀ ਨਰ ਅੰਦਰ ਨਰ ਵੱਡੇ ਵੱਡੇ ਅੰਦਰ ਥੋੜ੍ਹਾ ਜਿਹਾ ਕੈਮਰਾਮੈਨ ਨੂੰ ਕਹਾਂਗੇ ਜਿਹੜੇ ਨਰ ਹੈ ਉਹ ਅੰਦਰ ਇਸ ਜਾਲ ਦੇ ਅੰਦਰ ਹੈ ਜੀ ਜਿਹੜੀਆਂ ਬਾਹਰ ਕਬੂਤਰੀਆਂ ਉੱਡੀ ਜਾਂਦੀਆਂ ਇਹ ਵੱਡੇ ਬੱਚੇ ਵਾਲੇ ਕੁਛ ਆ ਵੱਡੇ ਹੋਰ ਵੀ ਹੈ ਜੀ ਅੰਦਰ ਇਹ ਮਾਦੀਆਂ ਦੀ ਹਾਂ ਜੀ ਕੈਮਰਾਮੈਨ ਨੂੰ ਕਹਾਂਗੇ ਥੋੜ੍ਹਾ ਜਿਹਾ ਇਹ ਵੀ ਸਾਨੂੰ ਵਿਖਾਓ ਤਾਂ ਕਿ ਸਾਡੇ ਜਿੰਨੇ ਵੀ ਖਿਡਾਰੀ ਵੀਰ ਹੈ ਕਬੂਤਰ ਦੇਖ ਸਕਣ ਪੱਠੀਆਂ ਜੋ ਕਿ ਇਹਨਾਂ ਨੇ ਅੱਡੇ ਲਾ ਕੇ ਬੰਦ ਕਰ ਲਈਆਂ। ਇਹ ਜਿਹੜਾ ਇੱਕ ਗੋਲਾ ਬੈਠਾ ਜੀ ਵਿੱਚ ਨੀਲਾ ਗੋਲਾ ਬਹੁਤ ਖੂਬਸੂਰਤ ਕਬੂਤਰ ਹੈ ਜੀ ਇਹਨਾਂ ਕੋਲੇ ਬਹੁਤ ਵਧੀਆ ਨਾ ਇਹਨਾਂ ਦਾ ਨਸਲ ਜਿਹੜੀ ਏ ਟੀ ਐੱਮ ਇਹਨਾਂ ਦੀ ਬੜੀ ਪਾਪੂਲਰ ਹੋਈ ਹੈ ਜੀ ਸਾਰਿਆਂ ਕੋਲੇ ਤੇ ਆਓ ਹੁਣ ਹੋਰ ਵੀ ਕਬੂਤਰ ਵਿਖਾਉਣੇ ਆ ਜੀ ਇਹਨਾਂ ਦੇ ਤੁਹਾਨੂੰ।
ਬਹੁਤ ਹੀ ਵਧੀਆ ਜਾਲ ਉਹ ਜੋੜੀਆਂ ਨੂੰ ਵਿੱਚ ਕੱਲੀ ਕੱਲੀ ਨੂੰ ਛੱਡ ਦਿੰਦੇ ਆ ਤੇ ਬੱਚੇ ਬੀਜੀ ਜਿਹੜੇ ਹੈ ਇੱਥੇ ਕਢਾਉਂਦੇ ਤੇ ਜਿਹੜੇ ਉੱਪਰ ਹੈ ਜੀ ਫਿਰ ਇਹ ਬਾਅਦ ਵਿੱਚ ਉੱਪਰ ਛੱਡ ਦਿੰਦੇ ਪੁੱਤਰਾਂ ਨੂੰ ਅੰਦਰ ਕਰਦੇ ਪੁੱਤਰੀਆਂ ਨੂੰ ਬਾਹਰ ਕਰਦੇ ਜਾਲ ਬਣਦੀ ਰਹਿੰਦੀ ਆ ਉਹਨੇ ਤਾਂ ਵੱਡੇ ਢਗੇ ਸੀ ਚੋਰੀਆਂ ਵਾਲੀਆਂ ਹੁੰਦੀਆਂ ਭੈਣ ਦੀਆਂ ਹੁਣ ਮੰਜੇ ਰਹਿ ਜਾਂਦੇ ਵਿੱਚ ਮੰਜਾ ਜਿਹੜਾ ਵਿੱਚ ਹੀ ਰੱਖਦੇ ਵਿੱਚ ਹੀ ਆ ਰਹਿੰਦੇ ਫਿਰ ਕੋਲੇ ਰੱਖ ਕੇ ਤੇ ਤਾਂ ਬਣਾਇਆ ਸੀ ਸਾਰੇ ਵੱਡੇ ਢਗੇ ਲਓ ਜੀ ਕਬੱਡੀ ਦਾ ਸ਼ੌਕ ਸੀ ਅਤੇ ਉਸ ਤੋਂ ਬਾਅਦ ਸੀ ਕਬੂਤਰਬਾਜ਼ੀ ਦਾ ਅਤੇ ਇੱਕ ਬੜਾ ਪਿਆਰਾ ਜਿਹਾ ਇਹਨਾਂ ਨੇ ਡੌਗ ਰੱਖਿਆ ਜੀ ਕੀ ਨਾਂ ਹੈ ਜੀ ਇਹਦਾ ਇਹਦਾ ਨਾਂ ਸੋਨੀਆ ਸੋਨੀਆ ਨਾਂ ਹੈ ਜੀ ਇਹਦਾ ਅਤੇ ਕੀ ਇਹ ਨਸਲ ਕੀ ਹੈ ਜੀ ਇਹ ਹੈਗੇ ਉਹ ਬੋਡੀ ਐਕਸ ਨਾਂ ਹੈ ਇਹਨਾਂ ਦਾ ਕੀ ਹੋਰ ਵੀ ਹੈ ਇਸ ਦੇ ਨਾਲ ਦੇ ਜਾਂ ਇਕੱਲਾ ਹੈ ਜੀ ਨਹੀਂ ਇਕੱਲਾ ਹੀ ਇਕੱਲਾ ਹੈ ਜੀ ਕਾਫੀ ਬਾਈ ਜੀ ਦਾ ਪਿਆਰ ਹੈ ਇਸ ਦੇ ਨਾਲ ਵੀ ਸੋਨੀਆ ਨਾਲ ਜਾਂਦੇ ਜਾਂਦੇ ਇੱਕ ਸਵਾਲ ਸ਼ਾਇਦ ਤੁਹਾਡੇ ਮਨ 'ਚ ਸੀਗਾ ਉਹ ਵੀ ਸਾਡੇ ਨਾਲ ਸਾਂਝਾ ਕਰੋ ਕੋਈ ਬਾਜੀ ਦੀ ਗੱਲ ਤੁਸੀਂ ਕਹਿ ਰਹੇ ਸੀ ਹਾਂਜੀ ਬਾਈ ਸੋਨੀ ਬ੍ਰਹਮਪੁਰ ਜੀ ਜਿਹਨਾਂ ਕੋਲ ਕਾਪੀ ਹੁੰਦੀ ਹੈ ਤਕਰੀਬਨ ਨੂੰ ਸਾਰਾ ਪੰਜਾਬ ਹੀ ਸਾਰਾ ਹਿੰਦੁਸਤਾਨ ਜਾਣਦਾ ਉਹਨਾਂ ਨੂੰ ਜੀ ਅਤੇ ਉਹਨਾਂ ਦੇ ਪਿੰਡ ਬਾਜੀ ਸੀਗੀ ਜੀ ਅਤੇ 187 ਕਬੂਤਰ ਛੁੱਟੇ ਸੀਗੇ ਜੀ ਉੱਥੇ ਜੀ 187 ਕਬੂਤਰ ਛੁੱਟੇ ਅਤੇ ਬਾਜੀ ਲਾਸਟ 6 ਕਬੂਤਰ ਰਹਿ ਗਏ ਜੀ ਐਂਡ 'ਤੇ ਸੋ ਸੋਨੀ ਬਾਈ ਨੇ ਕਿਹਾ ਵੀ ਚਲੋ ਬਾਈ ਗੁਲਜ਼ਾਰ ਜੀ ਨੂੰ ਵੀ ਭਾਈ ਬਾਬਾ ਜੀ ਵੰਡ ਗਏ ਅਤੇ ਬਾਈ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਵੀ ਜੇ 6 ਰਹਿ ਗਏ ਤਾਂ ਕਬੂਤਰ ਭਾਲ ਲਓ ਅਤੇ ਉੱਥੋਂ ਵਿੱਚ ਕੁਛ ਲੋਕ ਸੀਗੇ ਜੀ ਜਿਹੜੇ ਅਤੇ ਉਹ ਕਹਿੰਦੇ ਵੀ ਨਹੀਂ ਹਾਲੇ ਕਬੂਤਰ ਉੱਡਣ ਦਿਓ ਜੀ ਸੋ ਬਾਈ ਜੀ ਇੱਦਾਂ ਥੱਲੇ ਜਿੱਦਾਂ ਬੈਠੇ ਇੰਜੋਏ ਕਰਦੇ ਸੀ ਅਤੇ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਭਾਈ ਜੇ ਉੱਡਣ ਦਿਓ ਤਾਂ ਫਿਰ ਜਿਹੜੀ 2 ਕਬੂਤਰ ਛੱਡੇ ਸੀ ਬਾਈ ਨੇ ਇੱਕ ਸਟਿੱਪਣੀ ਛੱਡੀ ਸੀ ਜੀ ਨਾਲ ਬਾਈ ਕਹਿੰਦਾ ਭਾਈ ਇੰਨੇ ਕੁ ਤਾਂ ਫਿਰ ਮੇਰੀ ਸਟਿੱਪਣੀ ਨੇ ਉੱਡ ਜਾਣਾ ਸੋ ਉਹੀ ਗੱਲ ਪਰਮਾਤਮਾ ਦੀ ਮਿਹਰ ਹੋਈ ਜੀ ਉਹ ਕੂਤਰੀ ਆਪਣੇ ਕਬੂਤਰ ਥੱਲੇ ਹੀ ਬੈਠੀ ਜੀ ਅਤੇ ਆਪਣਾ ਕਬੂਤਰ ਇੱਕ ਬਹੁਤ ਜ਼ਿਆਦਾ ਉੱਡਿਆ ਅਤੇ ਦੋਨੇ ਕਬੂਤਰ ਆਪਣੇ ਉਹ ਮਤਲਬ ਬਾਜੀ ਉਹਨਾਂ ਨੇ ਜਿੱਤੀ ਜੀ ਫਿਰ ਬਾਜੀ ਉਸ 187 ਜਿਹੜੇ ਕਬੂਤਰ ਉੱਡੇ ਸੀ ਆਪਣੇ ਦੋ ਕਬੂਤਰ ਸੀਗੇ ਅਤੇ ਉਹ ਵੀ ਜੋ ਰਿਕਾਰਡ ਬਣਿਆ ਜੀ ਪੰਜਾਬ ਦਾ ਪਰਮਾਤਮਾ ਦੀ ਮਿਹਰ ਨਾਲ ਜੀ ਉਹ ਵੀ ਬਾਈ ਜੀ ਦੇ ਹਿੱਸੇ ਹੀ ਆਇਆ ਸੋ ਵੈਸੇ ਤਾਂ ਬਾਈ ਜੀ ਦਾ ਗੁਲਜ਼ਾਰ ਦਾ ਨਾਂ ਹੈ ਜੀ ਕਬੂਤਰਬਾਜ਼ੀ 'ਚ ਕਾਫੀ ਬਾਜੀਆਂ ਜਿਵੇਂ ਪੁੱਛ ਵਾਲੀ ਹੋ ਗਈ ਇੱਕ ਬਾਈ ਜੀ ਨੇ ਜ਼ਿਕਰ ਕੀਤਾ ਹੋਰ ਵੀ ਬਹੁਤ ਬਾਜੀਆਂ ਜਿੱਥੇ ਦੋ ਕਬੂਤਰ ਛੱਡੇ ਹੈ ਲੀਲਾਂ ਦੀਪ ਸਿੰਘ ਵਾਲਾ ਪਤਾ ਨਹੀਂ ਕਿੱਥੇ ਬਾਈ ਜੀ ਨੇ ਬਾਜੀਆਂ ਛੱਡੀਆਂ ਜਿੱਥੇ ਕਬੂਤਰ ਇਹਨਾਂ ਦੇ ਵਿਨਰ ਹੋਏ ਹੈ ਅਤੇ ਬਾਈ ਜੀ ਦੇ ਜਿੰਨੇ ਵੀ ਇੱਥੇ ਫਰੈਂਡ ਆਏ ਹੋਏ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਸੋ ਅੱਜ ਦੇ ਲਈ ਇੰਨਾ ਹੀ ਹੈ ਜੀ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਚਕੜਾ ਗਰੁੱਪ ਦਾ ਸਾਰੇ ਦਾ ਜੀ ਸੋ ਬਾਈ ਜੀ ਇੱਕ ਰਿਕੁਐਸਟ ਆ ਜੀ ਜੋ ਇਹਨਾਂ ਦਾ ਚੈਨਲ ਹੈ ਜੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੋਂ ਵੱਧ ਸ਼ੇਅਰ ਕਰੀਏ ਜੀ ਆਪਾਂ ਇਹ ਚੀਜ਼ ਜੋ ਉਪਰਾਲਾ ਇਹਨਾਂ ਨੇ ਕੀਤਾ ਇੱਕ ਕਬੂਤਰਬਾਜ਼ੀ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਜੀ ਆਪਾਂ ਅੱਜ ਖੜੇ ਹਾਂ ਬਾਈ ਜੀ ਗੁਲਜ਼ਾਰ ਦੇ ਘਰ ਉਹਨਾਂ ਦੇ ਕਬੂਤਰ ਉਹਨਾਂ ਨਾਲ ਗੱਲਾਂ ਬਾਤਾਂ ਤੁਹਾਨੂੰ ਕਾਫੀ ਦੇਖਣ ਕਾਫੀ ਸਿੱਖਣ ਨੂੰ ਮਿਲੂਗਾ ਜੀ ਸੋ ਅੱਜ ਦੇ ਲਈ ਇੰਨਾ ਕਾਕਾ ਕਨੇਡਾ ਚੱਕੜਾ ਗਰੁੱਪ ਨੂੰ ਇਜਾਜ਼ਤ ਦਿਓ ਜੀ ਦੁਬਾਰਾ ਫਿਰ ਕਿਸੇ ਖਿਡਾਰੀ ਦੇ ਘਰ ਮੁਲਾਕਾਤ ਕਰਾਵਾਂਗੇ ਜੀ ਤੁਹਾਡੀ ਆਉਣ ਵਾਲੇ ਐਤਵਾਰ ਉਦੋਂ ਤੱਕ ਜਿਹੜਾ ਆਪਣਾ ਚੈਨਲ ਹੈ ਜੀ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੇ ਮੇਰੇ ਵੀਡੀਓ ਨੂੰ ਵੇਖ ਰਹੇ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਨੂੰ ਟਾਈਮ ਦਿੱਤਾ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ